ਜਮਾਦਾਨ ਰੇਡੀਓ ਪੰਜਾਬ ਟੂਡੇ ਸੁਣਨ ਵਾਲੇ तमाम श्रोतांनो मेरे ਵੱਲੋਂ ਤੇ ਸਰਦਾਰ ਬਖਤੌਰ ਸਿੰਘ ਤੇ ਲੋ ਲੋ ਪਿਆਰ ਭਰੀ 701 ਹਾਲ ਖੁਸ਼ਾਮਦੀਦ ਅੱਜ ਦਿਨ ਹੈ ਜੀ ਸੋਮਵਾਰ ਤਰੀਕ ਹੈ 1 ਮਾਰਚ ਸ਼ਾਮ ਦੇ 6:30 ਮਿੰਟ ਹੋਏ ਨੇ ਤੁਸੀਂ ਬਠਿੰਡਾ ਸਟੂਡੀਓ ਤੋਂ ਇਸ ਵਕਤ ਲਾਈਵ ਜੁੜੇ ਹੋਇਓ ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਸ਼ਾਮ ਨੂੰ 6:30 ਮਿੰਟਾਂ ਤੇ ਲਾਈਵ ਪ੍ਰਸਾਰਿਤ ਕੀਤਾ ਜਾਂਦਾ ਜਿਸ ਦਾ ਮੁੜ ਪ੍ਰਸਾਰਣ ਹੁੰਦਾ ਜੀ ਰਾਤ ਨੂੰ 10:30 ਵਜੇ ਤੇ ਅਗਲੀ ਸਵੇਰ 4:30 ਵਜੇ ਇਸ ਪ੍ਰੋਗਰਾਮ ਦੇ ਸਪான்ਸਰ ਨੇ ਜੀ ਪ੍ਰਾਈਮ ਪ੍ਰਾਪਰਟੀਆਂ ਐਂਡ ਰੀਅਲ ਸਟੇਟ ਮੁਹਾਲੀ ਜਿਹੜੇ ਰੈ residen tial ਕਮਰਸ਼ੀਅਲ ਇੰਡਸਟਰੀਅਲ ਪਲਾਟਸ ਦੇ ਵਿੱਚ ਤੁਹਾਨੂੰ ਸਲਾਹ ਮਸ਼ਵਰਾ ਦਿੰਦੇ ਨੇ ਤੁਹਾਡੀ ਇਨਵੈਸਟਮੈਂਟ ਕਰਾਉਂਦੇ ਨੇ ਅੱਛਾ ਰੇਟ ਵਧ ਰਹੇ ਨੇ ਜੀ ਰਿਟਰਨ ਬੜੀ ਅੱਛੀ ਆ ਰਹੀ ਹੈ ਇੱਕ ਵਾਰੀ ਇਹਨਾਂ ਨਾਲ ਸੰਪਰਕ ਜ਼ਰੂਰ ਕਰ ਲਓ 893 6000000 8936 000000 ਇਸ ਨੰਬਰ ਤੇ ਕੰਪੈਕਟ ਕਰ ਸਕਦੇ ਹੋ ਦੂਜਾ ਨੰਬਰ ਹੈ ਜੀ 89 555 55960 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਸੋ ਇਸ ਤੋਂ ਇਲਾਵਾ ਧੰਨਵਾਦ ਜੀ ਬਲਬੀਰ ਸਿੰਘ ਉਸਮਾਨਪੁਰ ਸਰਦਾਰ ਭਰਪੂਰ ਸਿੰਘ ਬਿਕਸਵੀਲ ਤੋਂ ਉਹਨਾਂ ਦਾ ਜਿਹੜੇ ਹਮੇਸ਼ਾ ਰੇਡੀਓ ਪੰਜਾਬ ਟੂਡੇ ਦਾ ਸਹਿਯੋਗ ਕਰਦੇ ਰਹਿੰਦੇ ਨੇ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਉਹਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਡਿਸਪੈਚ ਪੰਜਾਬੀ ਤੇ ਇੰਗਲਿਸ਼ ਚ ਕਰਦੇ ਨੇ ਡੇਲੀ ਕੰਮ ਤੋਂ ਤੁਸੀਂ ਘਰੇ ਜਾ ਸਕਦੇ ਹੋ ਸੰਪਰਕ ਕਰ ਸਕਦੇ ਹੋ ਗੁਰਵਿੰਦਰ ਤਾਲੀਵਾਲ ਹੋਰਾਂ ਨਾਲ 2063544060 ਤੇ ਜਾਂ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਬੇਕਰਸਫੀਲ ਏਰੀਆ ਦੇ ਵਿੱਚ ਬਿਜਲੀ ਦੇ ਬਿੱਲ ਜ਼ੀਰੋ ਕਰਨ ਦੇ ਲਈ ਤੇ ਸੋਲਰ ਸਿਸਟਮ ਲਾਉਣ ਦੇ ਲਈ ਸੰਪਰਕ ਕਰੋ ਜਤਿੰਦਰ ਸਿੰਘ ਤੂਰ ਹੋਰਾਂ ਨਾਲ 6617541722 ਇਸ ਤੋਂ ਪਹਿਲਾਂ ਕਿ ਆਪਾਂ ਸਾਦਾ ਬਖਤੌਰ ਸਿੰਘ ਢੱਲੋਹਰਾਂ ਨਾਲ ਗੱਲਬਾਤ ਅੱਗੇ ਤੋਰੀਏ ਸਭ ਤੋਂ ਪਹਿਲਾਂ ਵਪਾਰਿਕ ਸਨੇਹੀ ਤੇ ਫਿਰ ਹਾਜ਼ਰ ਹੁੰਨੇ ਆਂ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆਹ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ ਅਰਲਿੰਗਟਨ ਫਿਊਲ ਸਟਾਪ 1801 ਬਾਇਨਰ ਸਟਰੀਟ ਹਾਈਵੇ ਐਗਜ਼ਿਟ 208 ਤੇ ਜਿੱਥੇ ਤੁਹਾਨੂੰ ਫ੍ਰੀ ਕਾਫੀ ਫ੍ਰੀ ਫੈਕਸ ਸਰਵਿਸ ਫ੍ਰੀ ਟਰੱਕ ਪਾਰਕਿੰਗ ਰੂਟੀ ਠੇਕਾ ਲਾਂਡਰੀ ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ ਹੁਣੇ ਕਾਲ ਕਰੋ 360 652 64 ਯਾਨੀ 360 65 टू सिक्स जीरो सिक्स सिक्स एक दो लोकेशन तो सेवा प्रदान कर देने सेकंड लोकेशन लॉस्ट हिल ट्रेवल सेंटर चौदह आठ सौ चौदह एलोम स्ट्रीट लॉस्ट हिल्स फोन नंबर छह सौ इक्कावे तेईस चौर

066 -519 0660 5196220660 QTL because we care ओ यार ਕੀ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰੋ ਜੀ ਹਾਂ ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਦਾ ਤਜਰਬੇ ਵਾਲੇ ਡਰਾਈਵਰ ਦੀ ਲੋੜ ਹੈ ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਅਰੀਜ਼ੋਨਾ ਦੇ ਸਿੱਧੇ ਰਾਹ ਹਨ ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ ਹੋਮ ਰਿਟਰਨ ਵਿਥਿਨ 5 ਡੇਜ਼ ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ ਔਰ ਹਾਂ ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ ਵਧੇਰੇ ਜਾਣਕਾਰੀ ਲਈ ਕਾਲ 4034049501 Dreamliner Express Company Calgary Alberta Canada ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨਈਆਸ ਗ੍ਰੀਨ ਸਿਟੀ ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਖੁੱਲੀਆਂ ਸੜਕਾਂ ਹਰਾ ਭਰਾ ਵਾਤਾਵਰਣ ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ लैंडस्केपिंग ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ ਸੰਪਰਕ ਕਰੋ 8556002064 ਅਤੇ 8556002071 ट्रकिंग वाले वीरो ध्यान ਨਾਲ ਸੁਣੋ ট্রাক ਜਿੱਦਾਂ ਦਾ ਵੀ ਚਲਾਉਨੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ট্রাক ਕਲੂਬ ਚੇਤੇ ਆਹੀ ਨਾ ਰੱਖਿਓ ট্রাক ਦੀ ਬਦਿਆ ਸਰਵਿਸ ਲਈ ਕੁਇਕ ট্রাক ਕਲੂਬ ਲੋਜੀ ਤੀਜੀ ਲੋਕੇਸ਼ਨ ਵੀ ਖੋਲਤੀਆ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ ਡਰਾਈਵ थ्रू ਫੈਸਿਲਿਟੀ ਐਗਜ਼ਿਟ 579 ਫ੍ਰਮ ਹਾਈਵੇ 401 ਇਨ ਨਾਪਨੀ ਕੁਇਕ ট্রাক ਕਲੂਬ ਦ ਵਨ ਸਟਾਪ ਸ਼ਾਪ 5196220660 ਜਾਂ quicktruckclub.com qtl ਬਿਕੋਜ਼ ਵੀ ਕੇਅਰ Front loop! JB Truck Repair Yuba City Certified Cummins Detroit Freightliner Western Star Volvo Caterpillar ate Series 60 engines International ate automatic transmissions 5 saal da freight line dealership da experience a e engine truck trailer AC electrical DPF DPF repair karde han transmission rear end brakes oil change karde han certified 90 day DOT inspection ate certified annual federal DOT inspection. ਐਕਸ਼ਨ ਕਰਦੇ ਹਨ 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7 ਨਵੇਂ ਕਸਟਮਰਜ਼ ਲਈ 10% ਡਿਸਕਾਊਂਟ ਹਫਤੇ ਦੇ 7 ਦਿਨ ਸਵੇਰ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 9166960634 ਜਾਂ ਜਗਰਾਜ ਬਲ 53334915 ਐਡਰੈਸ 3894 ਰੇਲ ਰੋਡ ਐਵੇਨਿਊ ਯੂਬਾ ਸਿਟੀ ਇੱਥੇ ਹੁੰ ਟ੍ਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ ਪ੍ਰੋਗਰਾਮ ਚਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਢਿੱਲੋ ਸਭ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਢਿੱਲੋ ਸਭ ਸਭ ਤੋਂ ਪਹਿਲਾਂ ਚਰਚਾ ਕਰੀਏ ਤਾਂ ਇੱਕ ਪਾਸੇ ਤਾਂ ਠਿੱਬੀ ਲਾਉਣ ਨੂੰ ਕਹਿੰਦੇ ਆ ਜੀ ਕਿ ਮੋਦੀ ਬੀਜੇਪੀ ਨੂੰ ਲਾਂਬੇ ਕਰੀ ਗਏ ਇਲੈਕਸ਼ਨ ਪੰਜ ਸਟੇਟਾਂ ਦੇ ਸਿਰ ਤੇ ਨੇ ਕੀ ਕਾਂਗਰਸ ਆਪਣੇ ਕਾਟੋ ਕਲੇਸ਼ ਜਿਹੜਾ ਉਹਦਾ ਸਿਖਰਾਂ ਤੇ ਪਹੁੰਚਿਆ। ਭਾਜਪਾ ਨੂੰ ਢਾਹ ਲਾ ਦੂਗੀ। ਦੇਖੋ ਜਨਰੇੜੇ ਸਭ ਜੇ ਤੁ ਕਾਂਗਰਸ ਪਾਰਟੀ ਨੂੰ ਆਪਾਂ ਦੇਖਦੇ ਆਂ ਮੇਰਾ ਖਿਆਲ ਹੈ ਵੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ। ਬਿਲਕੁਲ ਜੀ ਬਿਲਕੁਲ। 1885 ਦੇ ਵਿੱਚ ਇੱਕ ਅੰਗਰੇਜ਼ ਵੱਲੋਂ ਕਾਂਗਰਸ ਬਣਾਈ ਜਾਂਦੀ ਹੈ। ਹੂੰ ਹੂੰ। ਤੇ ਕਾਂਗਰਸ ਤੋਂ ਬਾਅਦ ਦੂਜੀ ਪਾਰਟੀ ਆਪਾਂ ਦੇਖਦੇ ਆਂ। ਜੀ। ਤਾਂ ਉਹ ਅਕਾਲੀ ਦਲ ਬਣਦਾ। ਹੂੰ ਹੂੰ। 1920 ਦੇ ਵਿੱਚ ਅਕਾਲੀ ਦਲ ਬਣਦਾ। ਕਾਂਗਰਸ ਪਾਰਟੀ ਦੇਸ਼ ਦੀ ਆਜ਼ਾਦੀ ਦੀ ਲੜਾਈ ਵਾਸਤੇ ਨਹੀਂ ਬਣੀ ਸੀ ਕੁਝ ਅਰਿਆਤਾਂ ਵਾਸਤੇ ਬਣੀ ਸੀ ਜੀ ਔਰ ਅਕਾਲੀ ਦਲ ਜਿਹੜਾ ਬਣਿਆ ਸੀ ਇਹ ਬਣਿਆ ਸੀ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਵਾਸਤੇ ਮਹੰਤਾਂ ਤੋਂ ਜੀ ਲੇਕਿਨ ਸਮੇਂ ਦੇ ਨਾਲ ਦੋਨਾਂ ਦੀ ਭੂਮਿਕਾ ਬਦਲ ਗਈ ਬਦਲ ਗਈ ਕਾਂਗਰਸ ਪਾਰਟੀ ਗਦਰ ਪਾਰਟੀ ਦੀ ਸਰਗਰਮੀ ਦੀ ਵਜ੍ਹਾ ਕਰ ਹੂੰ ਹੂੰ ਜਦੋਂ ਗਦਰ ਪਾਰਟੀ ਨੇ ਪੂਰਨ ਆਜ਼ਾਦੀ ਦਾ ਨਾਅਰਾ ਲਾ ਦਿੱਤਾ ਬਾਬਾ ਸੋਨ ਸਿੰਘ ਪਕੜਾ ਨਾ ਕਰਵਾਈ ਹੈ ਜੋ ਵਿਦੇਸ਼ ਦੇ ਵਿੱਚ ਬਣਦੀ ਹੈ ਅਮਰੀਕਾ ਚ ਹਮਮ ਔਰ ਉਹਨਾਂ ਨੇ ਇਥੇ ਆ ਕੇ ਆਪਣੀਆਂ ਸਰਗਰਮੀਆਂ ਆਰੰਭ ਦਿੱਤੀਆਂ ਤਾਂ ਕਾਂਗਰਸ ਪਾਰਟੀ ਨੂੰ ਵੀ ਆਪਣੀ ਪੋਜੀਸ਼ਨ ਬਦਲਣੀ ਪਈ ਤੇ ਇਹਨਾਂ ਨੇ ਫਿਰ ਮੇਰਾ ਕੱਲ 1930 ਮੀਆ ਦੇ ਵਿੱਚ ਆ ਕੇ ਸੰਪੂਰਨ ਆਜ਼ਾਦੀ ਦਾ ਰੈਜੂਲੇਸ਼ਨ ਪਾਇਆ ਸੀ ਜੀ ਇਸੇ ਤਰੀਕੇ ਅਕਾਲੀ ਦਲ ਨੂੰ ਦੇਖੀਏ ਅਕਾਲੀ ਦਲ 1920 ਦੇ ਵਿੱਚ ਬਣਦਾ ਹੈ 1925 ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਬਣਾਉਣ ਵਾਸਤੇ ਐਕਟ ਬਣ ਗਿਆ ਔਰ ਉਹ ਤੋਂ ਬਾਅਦ ਅਕਾਲੀ ਦਲ ਵੀ ਆਪਣੀ ਰਾਜਨੀਤਿਕ ਭੂਮਿਕਾ ਦੇ ਵਿੱਚ ਆ ਗਿਆ ਜੀ ਇਸੇ ਸਮੇਂ ਦੌਰਾਨ ਦੋ ਜਥੇਬੰਦੀਆਂ ਹੋਰ ਬਣ ਗਈਆਂ ਹਮ ਹਮ ਇੱਕ ਬੰਦੀ ਆ ਆਰਐਸਐਸ ਜੀ ਜਿਹੜੀ ਹਿੰਦੂਇਜ਼ਮ ਦੀ ਮਦਈ ਮਦਈ ਆਰਐਸਐਸ ਦਾ ਇਹ ਦਮ ਸੀਗਾ ਜਨਮਦਾਤਾ ਸਾਬਰਕਰ ਹਮ ਕਿਸੇ ਜਮਾਨੇ ਚ ਕਾਂਗਰਸੀ ਹੁੰਦਾ ਸੀ ਔਰ ਬਹੁਤ ਨੇੜੇ ਹੁੰਦਾ ਸੀ ਕਾਂਗਰਸ ਦੇ ਸੀਨੀਅਰ ਲੀਡਰਾਂ ਦੇ ਜੀ ਬਾਅਦ ਦੇ ਵਿੱਚ ਉਹਦੇ ਮਤਭੇਦ ਆ ਗਏ ਤੇ ਮਤਭੇਦ ਆ ਕੇ ਫਿਰ ਉਹ ਬਣ ਗਿਆ ਸੀ ਹਿੰਦੂਤਵ ਦਾ ਮਦਈ ਹਮ ਹਮ ਉਹਦੇ ਖਿਲਾਫ ਕੁਝ ਕੇਸ ਸੀ ਉਹਨੂੰ ਫੜ ਕੇ ਜੇਲ੍ਹ ਦੇ ਵਿੱਚ ਸੁੱਟ ਦਿੱਤਾ ਸੀ ਤੇ ਉਹਨੇ ਅੰਡੇਮਾਨ ਨਿਕੋਬਾਰ ਤੋਂ ਚਿੱਠੀ ਲਿਖੀ ਸੀ ਜੀ ਕਿ ਕਿਰਪਾ ਕਰਕੇ ਮੈਨੂੰ ਜਿਹੜਾ ਹੈਗਾ ਤੁਸੀਂ ਬਾਹਰ ਕੱਢੋ ਮੈਂ ਤੁਹਾਡੇ ਜ਼ਿਆਦਾ ਕੰਮ ਆਉਂਗਾ ਬਨਿਸ਼ਵਤ ਕਿ ਮੈਂ ਜੇਲ੍ਹ 'ਚ ਬੈਠਾ ਰਵਾਂ ਜੀ ਔਰ ਇਨਫੋਰਮੇਸ਼ਨ ਤਾਂ ਹੁਣ ਇਹ ਵੀ ਲੀਕ ਹੋ ਕੇ ਆ ਗਈ ਹੈ ਕਿ ਉਹਨੂੰ ਫਿਰ ਬਾਅਦ ਦੇ ਵਿੱਚ 60 ਰੁਪਏ ਪੈਨਸ਼ਨ ਵੀ ਦਿੰਦੀ ਰਹੀ ਹੈ ਅੰਗਰੇਜ਼ ਹਕੂਮਤ ਅੰਗਰੇਜ਼ ਹਕੂਮਤ ਅੱਛਾ ਜੀ ਜੀ ਦੀ ਜਿਹੜੀ ਆਰਐਸਐਸ ਤੋਂ ਬਾਅਦ ਫਿਰ Hindu Mahasabha ਬਣਦੀ ਹੈ Hindu Mahasabha ਤੋਂ ਬਾਅਦ ਫਿਰ ਜਨਸੰਗ ਬਣਦੀ ਹੈ ਜਨਸੰਗ ਬਣਦੀ ਹੈ ਜਨਸੰਗ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਹੈ ਤੇ ਅੱਜ ਭਾਰਤੀ ਜਨਤਾ ਪਾਰਟੀ ਵਕਰੀ ਨਿਆਰੀ ਪਾਰਟੀ ਦਾ ਜਿਹੜਾ ਹੈਗਾ ਪ੍ਰਤੀਨਿਧ ਉਹਦਾ ਮੈਂਬਰ ਨਰਿੰਦਰ ਮੋਦੀ ਸਾਹਿਬ ਇਸ ਦੇਸ਼ ਦਾ ਪ੍ਰਧਾਨ ਮੰਤਰੀ ਜੀ ਸੋ ਜੇ ਆਪਾਂ ਦੇਖੀ ਤਾਂ ਬੜੇ ਖੁਸ਼ ਆ ਇਸ ਸੱਚੀ ਆਪਾਂ ਇੱਕ ਅਗਲੀ ਵੀ ਗੱਲ ਦੇਖ ਲਈਏ ਹੂੰ ਹੂੰ ਕਿ ਆਰਐਸਐਸ ਵੀ ਜਦੋਂ ਬਣਦੀ 1925 ਦੇ ਵਿੱਚ ਤੇ ਉਸੇ ਵੇਲੇ 1925 ਦੇ ਵਿੱਚ ਕਮਿਊਨਿਸਟ ਪਾਰਟੀ ਆਫ ਇੰਡੀਆ ਬਣਦੀ ਜੀ ਇਸ ਵੇਲੇ ਕਮਿਊਨਿਸਟ ਪਾਰਟੀ ਆਫ ਇੰਡੀਆ ਜਿਹੜੀ ਹੈਗੀ ਆ ਬਹੁਤ ਸਾਰੇ ਟੁਕੜਿਆਂ 'ਚ ਵੱਡੀ ਹੋਈ ਹੈ ਹੂੰ ਹੂੰ ਦੇਖਣ ਨੂੰ ਤਾਂ ਆਪਾਂ ਨੂੰ ਇਹ ਲੱਗਦਾ ਕਿ ਉਹਦੀ ਖੂਦ ਖਤਮ ਹੋ ਗਈ ਜੀ ਲੇਕਿਨ ਜੇ ਅਸੀਂ ਅੰਦੋਲਨਾਂ ਦੇ ਲੈਹਾਰ ਨਾਲ ਦੇਖੀ ਚਾਹੇ ਉਹ ਟ੍ਰੇਡ ਯੂਨੀਅਨ ਫਰੰਟ ਤੇ ਹੋਣ ਚਾਹੇ ਉਹ ਕਿਸਾਨਾਂ ਦੇ ਫਰੰਟ ਤੇ ਹੋਣ ਮਜ਼ਦੂਰਾਂ ਦੇ ਫਰੰਟ ਤੇ ਹੋਣ ਅਜੇ ਵੀ ਬੀਕਰ ਸੈਕਸ਼ਨ ਵਾਸਤੇ ਜੇ ਸਰਕਾਰ ਨੂੰ ਕੋਈ ਤਰ ਹੈ ਜੀ ਵਰਕਿੰਗ ਕਲਾਸ ਵਾਸਤੇ ਤਾਂ ਉਹ ਕਮਨਿਸਟ ਮੂਵਮੈਂਟ ਹੈ ਪਰ ਹਮਮ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਹੈਗਾ ਉਹਦਾ ਹੁਣ ਕੋਈ ਮੁਕਾਮ ਨਹੀਂ ਰਿਹਾ ਜੀ ਇਹਦੇ ਲਈ ਵੀ ਉਹ ਪਾਰਟੀ ਆਪ ਜ਼ਿੰਮੇਵਾਰ ਹੈ ਹਮਮ ਸੋ ਗੱਲ ਆਪਾਂ ਕਾਂਗਰਸ ਦੀ ਕਰਦੇ ਸੀ ਤੇ ਬੀਜੇਪੀ ਦੀ ਗੱਲ ਕਰਦੇ ਸੀ ਮੈਨੂੰ ਤਾਂ ਜੋੜਨਾ ਪਿਆ ਕਿ ਬੀਜੇਪੀ ਜਿਹੜੀ ਹੈਗੀ ਕਿਸ ਢੰਗ ਦੇ ਨਾਲ ਆਈ ਜੀ ਬੀਜੇਪੀ ਵਾਲੇ ਨੇ ਕਿਹਾ ਸੀ ਕਿ ਸਾਡੀ ਇੱਕ ਵੱਖਰੀ ਨਿਆਰੀ ਪਾਰਟੀ ਹੂ ਤੇ ਉਹ ਵੱਖਰੀ ਨਿਆਰੀ ਪਾਰਟੀ ਦਾ ਰਾਜ ਕਰ ਰਹੀ ਹੈ ਹਮਮ ਜਿਹੜੀ ਪਾਰਟੀ ਨੇ ਜੰਗੇ ਆਜ਼ਾਦੀ ਦੀ ਲੜਾਈ ਲੜੀ ਜੀ ਜਿਸ ਪਾਰਟੀ ਨੇ بڑے ਵਡੇ ਵਡੇ ਲੀਡਰ ਪੈਦਾ ਕੀਤੇ ਅੱਜ ਉਹਦੀ ਹਾਲਤ ਕੀ ਹੈ ਅੱਜ ਉਹਦੀ ਹਾਲਤ ਇਹ ਹੈ ਕਿ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਹੂੰ ਸਭ ਤੋਂ ਵੱਡੀ ਪਾਰਟੀ ਹੈ ਵਿਰੋਧੀ ਧਿਰ ਦੇ ਵਿੱਚ ਉਹਦੇ ਕੋਲੇ ਵਿਰੋਧੀ ਧਿਰ ਦਾ ਰੁਤਬਾ ਹੈ ਰੁਤਬਾ ਹੈ ਨਹੀਂ ਕਦੋਂ ਤੋਂ ਹੈ ਨਹੀਂ 2014 ਤੋਂ ਹੈ ਨਹੀਂ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਵੇਲੇ ਵੀ ਉਹਨਾਂ ਕੋਲੇ ਗਿਣਤੀ 50 ਤੋਂ ਘੱਟ ਸੀ ਜੀ ਔਰ ਜਦੋਂ ਹੁਣ 2019 ਦੀਆਂ ਚੋਣਾਂ ਹੋਈਆਂ ਗਿਣਤੀ ਫੇਰ ਵੀ 50 ਤੋਂ ਘੱਟ ਹੂੰ ਉਨਾ ਨੂੰ ਜਿਵੇਂ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਵਿਰੋਧੀ ਥਿਰ ਦਾ ਰੁਤਬਾ ਨਹੀਂ ਮਿਲਿਆ ਉਹਨਾਂ ਨੂੰ ਵੀ ਥਿਰ ਦਾ ਰੁਤਬਾ ਨਹੀਂ ਮਿਲਿਆ ਇਹ ਕਾਂਗਰਸ ਪਾਰਟੀ ਦੀ ਤਰਸਯੋਗ ਹਾਲਤ ਹੈ ਹੂੰ ਹੂੰ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਵਿੱਚ ਜੇ ਆਪਾਂ ਨਿਗਾਹ ਮਾਰ ਗਏ ਜੀ ਤਾਂ ਇੱਥੇ ਬਣੇ ਬਣਾਏ ਲੀਡਰ ਵਾਲੇ ਹੈ ਹੂੰ ਜਿਹੜੇ ਜ਼ਮੀਨ ਤੋਂ ਪੈਦਾ ਹੋਣ ਵਾਲੇ ਲੀਡਰ ਬਹੁਤ ਘੱਟ ਹੈ ਜੀ ਇਹਦੇ ਲਈ ਕਾਂਗਰਸ ਪਾਰਟੀ ਦੀ ਆਰਗੇਨਾਈਜੇਸ਼ਨ ਨੂੰ ਹੀ ਆਪਾਂ ਜ਼ਿੰਮੇਵਾਰ ਠਹਿਰਾਵਾਂਗੇ ਹੂੰ ਹੂੰ ਕਿ ਕੋਈ ਜ਼ਮਾਨਾ ਹੁੰਦਾ ਸੀ ਜਦੋਂ ਕਾਂਗਰਸ ਪਾਰਟੀ ਦੀਆਂ ਪਰਚੀਆਂ ਪਿੰਡ ਪੱਧਰ ਤੇ ਕੱਟੀਆਂ ਜਾਂਦੀਆਂ ਜੀ ਮਹੱਲਾ ਪੱਧਰ ਤੇ ਕਟੀਆਂ ਜਾਂਦੀਆਂ ਉਹਨਾਂ ਚੋਂ ਡੈਲੀਗੇਟ ਚੁਣੇ ਜਾਂਦੇ ਬਲਾਕਾਂ ਦੇ ਆਉਂਦੇ ਫਿਰ ਜ਼ਿਲ੍ਹਿਆਂ ਦੇ ਆਉਂਦੇ ਫਿਰ ਸੂਬਾ ਪੱਧਰ ਤੇ ਚੋਣਾਂ ਹੁੰਦੀਆਂ ਜੀ ਲੇਕਿਨ ਜਿਵੇਂ ਜਿਵੇਂ ਇਸ ਪਾਰਟੀ ਦੇ ਵਿੱਚ ਪਰਿਵਾਰ ਪ੍ਰਸਤੀ ਵਾਧੀ ਗਈ ਹੂੰ ਹੂੰ ਨਹਿਰੂ ਤੋਂ ਬਾਅਦ ਕੌਣ ਥੋੜੇ ਜਿਹੀ ਸਮੇਂ ਲਈ ਸ਼ਾਸਤਰੀ ਜੀ ਆਏ ਸੀ ਜੀ ਸ਼ਾਸਤਰੀ ਜੀ ਪੂਰੇ ਹੋ ਗਏ ਤਾਂ ਇੰਦਰਾ ਗਾਂਧੀ ਆ ਗਈ ਹੂੰ ਹੂੰ ਇੰਦਰਾ ਗਾਂਧੀ ਤੋਂ ਬਾਅਦ ਕੌਣ ਜੀ ਰਾਜੀਵ ਗਾਂਧੀ ਜੀ ਰਾਜੀਵ ਗਾਂਧੀ ਤੋਂ ਬਾਅਦ ਨਰਸਿਮਰ राव ਆ ਗਿਆ ਲੇਕਿਨ ਨਰਸਿਮਰ राव ਤੋਂ ਲੈ ਕੇ ਜੇ ਆਪਾਂ ਦੇਖੀਏ ਨਰਸਿਮਰਾਉਤ ਆ ਗਿਆ ਸੀ ਭਾਵੇਂ ਤੇ ਵਿਚਾਰਧਾਰਾ ਨੂੰ ਲੈ ਕੇ ਉੱਥੇ ਵੀ ਗੜਬੜ ਪੈਦਾ ਹੋ ਗਈ। ਹੂੰ ਹੂੰ 96 ਦੇ ਵਿੱਚ ਫਿਰ ਜਿਹੜੀ ਹੈਗੀ ਹੈ ਇੱਕ ਕਾਂਗਰਸ ਪਾਰਟੀ ਦੇ ਵਿੱਚ ਬਗਾਵਤ ਹੁੰਦੀ ਹੈ। ਜੀ ਇੱਕ ਅਲੱਗ ਪਾਰਟੀ ਬਣਦੀ ਹੈ ਤੁਹਾਡੀ ਤਿਵਾੜੀ ਕਾਂਗਰਸ ਅਰਜਨ ਸਿੰਘ ਤੇ ਐਨਡੀ ਤਿਵਾੜੀ ਮਿਲ ਕੇ ਉਹਨੂੰ ਬਣਾਉਂਦੇ ਤੇ ਫਿਰ 2097 ਤੋਂ ਬਾਅਦ ਜਿਹੜੀ 2004 ਦੀ ਇਲੈਕਸ਼ਨ ਹੁੰਦੀ ਹੈ ਹੂੰ ਹੂੰ ਉਸ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਸੋਨੀਆ ਗਾਂਧੀ ਨੂੰ ਕਮਾਂਡ ਸੰਭਾਲਦੀ ਸੀ। ਜੀ ਕਿ ਤੁਸੀਂ ਜੀ ਇਹਦੀ ਪ੍ਰਧਾਨ ਬਣੋ ਸੋਨੀਆ ਗਾਂਧੀ ਨੇ ਬੜੇ ਵਧੀਆ ਤਰੀਕੇ ਨਾਲ ਪਾਰਟੀ ਚਲਾਈ ਹੈ। ਮੈਂ ਦੇਖ ਰਿਹਾ ਸੀ ਕਿ ਇੰਟਰਵਿਊ ਦੇ ਵਿੱਚ ਇੱਕ ਲੀਡਰ ਆਪਣੇ ਇੱਕ ਪੱਤਰਕਾਰ ਦੀ ਗੱਲ ਕਰ ਰਿਹਾ ਸੀ ਬੜਾ ਸਿਆਣਾ ਪੱਤਰਕਾਰ ਸੁਲਝਿਆ ਹੋਇਆ ਹੂੰ ਹੂੰ ਜਿਹੜਾ ਕਾਂਗਰਸ ਪਾਰਟੀ ਨੂੰ ਕਵਰ ਕਰਦਾ ਰਿਹਾ ਉਹ ਕਹਿੰਦਾ ਵੀ ਸੋਨੀਆ ਗਾਂਧੀ ਇੰਨੀ ਸ਼ਰਮਾਕਲ ਸੀ ਵਿਦੇਸ਼ੀ ਮੂਲ ਦੀ ਹੋਣ ਕਰਕੇ ਕਿਉਂਕਿ ਇਟਲੀ ਦੀ ਜੰਪਲ ਸੀ ਜੀ ਰਾਜੀਵ ਗਾਂਧੀ ਦਾ ਕਤਲ ਹੋ ਗਿਆ ਕਾਫੀ ਲੰਬਾ ਸਮਾਂ ਉਹ ਪਾਸੇ ਰਹੀ ਸੀਨ ਤੋਂ ਲੇਕਿਨ ਜਦੋਂ ਉਹਨੂੰ ਕਿਹਾ ਕਿ ਕਾਂਗਰਸ ਪਾਰਟੀ ਨੂੰ ਬਚਾਉਣ ਵਾਸਤੇ ਤੈਨੂੰ ਅੱਗੇ ਆਉਣਾ ਪੈਣਾ ਤੇ ਉਹ ਅੱਗੇ ਆਈ ਹੂੰ ਹੂੰ ਉਹ ਕਹਿੰਦੇ ਵੀ ਸੋਨੀਆ ਗਾਂਧੀ ਨੇ ਆਪੇ ਗੱਲ ਮੰਨੀ ਹੈ ਕਿ ਜਦੋਂ ਮੈਂ ਰਾਤ ਨੂੰ ਜਦੋਂ ਮੈਂ ਅਗਲੇ ਦਿਨ ਭਾਸ਼ਣ ਕਰਨਾ ਹੁੰਦਾ ਸੀ ਤੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ ਅੱਛਾ ਜੀ ਕਿ ਮੈਂ ਬੋਲੂਗੀ ਕਿਵੇਂ ਔਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਉਹ ਬੋਲਦੀ ਹੁੰਦੀ ਸੀ ਤੁਹਾਡੇ ਯਾਦ ਕਰੋ ਹੂੰ ਮੇਰੇ ਤਾਂ ਉਹ ਯਾਦਾ ਚੰਗੀ ਤਰ੍ਹਾਂ ਕਿ ਉਹਦੇ ਹੱਥ ਵਿੱਚ ਕਾਗਜ਼ ਹੁੰਦਾ ਸੀ ਉਹ ਇਸ ਤਰ੍ਹਾਂ ਰੱਖਿਆ ਸੀ ਹੂੰ ਹੂੰ ਔਰ ਉਹ ਕਾਗਜ਼ ਦੇ ਉੱਤੇ ਜਿਹੜੀ ਹਿੰਦੀ ਉਹ ਬੋਲਦੀ ਹੁੰਦੀ ਸੀ ਉਹ ਇਹ ਨਹੀਂ ਪਤਾ ਰੋਮਨ ਚ ਲਿਖੀ ਰੋਮਨ ਚ ਲਿਖੀ ਹੁੰਦੀ ਕਾਦੇ ਚ ਲਿਖੀ ਹੁੰਦੀ ਸੀ ਕਿਵੇਂ ਹੁੰਦਾ ਸੀ ਹੂੰ ਹੂੰ ਉਹ ਬੋਲਦੀ ਹੁੰਦੀ ਸੀ ਤੇ ਉਹ ਪੱਤਰਕਾਰ ਕਹਿੰਦਾ ਕਿ ਉਹਦੀਆਂ ਉਂਗਲਾਂ ਤੇ ਪਰ ਤੁਸੀਂ ਇਹ ਦੇਖੋ ਕਿ ਉਹਨੇ ਮਿਹਨਤ ਕੀਤੀ ਹੂੰ ਹੂੰ ਮਿਹਨਤ ਕਰਕੇ ਉਹ ਕਾਂਗਰਸ ਪਾਰਟੀ ਨੂੰ ਇਸ ਕਾਬਲ ਬਣਾਇਆ ਉਹਨੇ ਕਿ 2004 ਦੇ ਵਿੱਚ ਹੂੰ ਹੂੰ ਕਾਂਗਰਸ ਪਾਰਟੀ ਆਪਣੀ ਹਕੂਮਤ ਬਣਾਉਣ ਚ ਕਾਮਯਾਬ ਹੋ ਗਈ ਭਾਵੇਂ ਉਹਦੇ ਕੋਲੇ ਪੂਰੀ ਮжоਰੀਟੀ ਨਹੀਂ ਸੀ ਨਹੀਂ ਸੀ ਕਾਮਰੇਡਾਂ ਦੀ ਆਪਾਂ ਗੱਲ ਕੀਤੀ ਸੀ ਕਿ ਗੈਰ ਪ੍ਰਸੰਗਿਕ ਹੋ ਕੇ ਰਹਿ ਗਏ ਉਹ ਭਾਰਤ ਦੀ ਰਾਜਨੀਤੀ ਦੇ ਵਿੱਚ ਕਾਮਰੇਡਾਂ ਨੇ ਇੱਕ ਉਹ ਮੁੱਦਾ ਚੱਕ ਲਿਆ ਜੀ ਜਿਹੜਾ ਮੁੱਦਾ ਭਾਜਪਾ ਦੇ ਹੱਕ ਵਿੱਚ ਗਿਆ ਹੂੰ ਹੂੰ ਇੱਕ ਪਰਮਾਣੂ ਸਮਝੌਤਾ ਹੋਇਆ ਸੀ ਜਿਹੜਾ ਤੁਹਾਡਾ ਸਿਵਲ ਪਰਮਾਣੂ ਸਮਝੌਤਾ ਐਟੋਮਿਕ ਸਮਝੌਤਾ ਅਮਰੀਕਾ ਦੇ ਨਾਲ ਇਸ ਮੁੱਦੇ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਤੋਂ ਉਹਨਾਂ ਨੇ ਹਮਾਇਤ ਵਾਪਸ ਲੈ ਲਈ। ਔਰ ਇਹ ਮੁੱਦਾ ਜਿਹੜਾ ਹੈਗਾ ਲੋਕਾਂ ਦੇ ਸਮਝ ਹੀ ਨਹੀਂ ਆਇਆ ਵੀ ਮੁੱਦਾ ਇਹ ਕਹਿਣਾ ਕੀ ਚਾਹੁੰਦੇ। ਹੂੰ ਹੂੰ ਲੜਾਈ ਕਾਮਰੇਡ ਲੜੀ ਕੇ ਬਾਹਰ ਉਹ ਆਗੇ ਤੇ ਫਾਇਦਾ ਕਿਨੂੰ ਹੋ ਗਿਆ ਭਾਜਪਾ ਨੂੰ? ਭਾਜਪਾ ਨੂੰ। ਬੀਜਪੀ ਨੂੰ ਤਾਂ ਫਾਇਦਾ ਹੋਣਾ ਚਾਹੀਦਾ ਸੀ ਚਲੋ ਡਾਕਟਰ ਮਨਮੋਹਨ ਸਿੰਘ ਸਰਵਾਈਵ ਕਰ ਗਿਆ ਸਰਕਾਰ ਉਹਨਾਂ ਦੀ ਫੇਰ ਬਣ ਗਈ ਹੂੰ ਹੂੰ ਪਰ ਉਹ ਕਾਂਗਰਸ ਉਹਦੇ ਪੂਜੇ ਵੀ ਤੇ ਅੱਜ ਤੱਕ ਸੂਤ ਨਹੀਂ ਆਏ ਜੀ ਹੁਣ ਉਸੇ ਕਾਂਗਰਸ ਪਾਰਟੀ ਦੇ ਨਾਲ ਮਿਲ ਕੇ ਬੰਗਾਲ ਦੇ ਵਿੱਚ ਕੱਲ ਤੁਸੀਂ ਦੇਖਿਆ ਉਹਨਾਂ ਰੈਲੀਆਂ ਵੀ ਕਰਦੇ ਰੈਲੀਆਂ ਵੀ ਕਰੀ ਜਾਂਦੇ ਪਹਿਲਾਂ ਗਲਤੀਆਂ ਕਰਦੇ ਫਿਰ ਗਲਤੀਆਂ ਸੁਧਾਰਦੇ ਆ ਮਤਲਬ ਵੀ ਇਸ ਕੰਮ ਦੇ ਵਿੱਚ ਹੀ ਲੱਗੇ ਵੀ ਪਹਿਲਾਂ ਸੋਡਾ ਬੇੜਾ ਕਰ ਕੋ ਵੀ ਤੇ ਫਿਰ ਅਸੀਂ ਦੁਬਾਰਾ ਸਭ ਮਿਲਾ ਗਏ ਹੂੰ ਹੂੰ ਸੋ ਇੰਦਰਾ ਗਾਂਧੀ ਨੇ ਬੜੀ ਗੱਲ ਕੀਤੀ ਪਰ ਇੱਕ ਗੱਲ ਹੋ ਗਈ ਜੀ ਸੋਨੀਆ ਗਾਂਧੀ ਨੇ ਸੋਨੀਆ ਇੱਕ ਗੱਲ ਹੋ ਗਈ ਕਿ ਸੋਨੀਆ ਗਾਂਧੀ ਨੂੰ ਮੌਕਾ ਮਿਲਿਆ ਸੀ ਉਹ ਪ੍ਰਧਾਨ ਪ੍ਰਧਾਨ ਮੰਤਰੀ ਬਣ ਸਕਦੀ ਸੀ ਉਹ ਪ੍ਰਧਾਨ ਮੰਤਰੀ ਨਹੀਂ ਬਣੀ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਐ ਕਿ ਸ਼ਾਇਦ ਉਸ ਵੇਲੇ ਵਿਦੇਸ਼ੀ ਮੂਲ ਅੜਿਕਾ ਉਹਨਾਂ ਦਾ ਆ ਗਿਆ ਸੀ ਜੀ ਜੀ ਜਿੱਥੋਂ ਤੱਕ ਵਿਦੇਸ਼ੀ ਮੂਲ ਦਾ ਸਵਾਲ ਹੈ ਭਾਜਪਾ ਨੇ ਤਾਂ ਵਿਰੋਧ ਕੀਤਾ ਸੀ ਹੂੰ ਹੂੰ ਪਰ ਬਾਅਦ ਦੇ ਵਿੱਚ ਜਿਹੜੀ ਡਾਕਟਰ ਅਬਲ ਕੁਲਾਮ ਆਜ਼ਾਦ ਨੇ ਆਪਣੀ ਕਿਤਾਬ ਲਿਖੀ ਹੈ ਹੂੰ ਹੂੰ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਮੇਰੇ ਕੋਲੇ ਪ੍ਰਧਾਨ ਮੰਤਰੀ ਬਣਨ ਵਾਸਤੇ ਦਾਵਾ ਪੇਸ਼ ਹੀ ਨਹੀਂ ਕੀਤਾ ਜੀ ਅਗਰ ਉਹ ਦਾਵਾ ਪੇਸ਼ ਕਰ ਦਿੰਦੀ ਤੇ ਮੇਰੇ ਕੋਲੇ ਕੋਈ ਹੋਰ ਆਪਸ਼ਨ ਹੀ ਨਹੀਂ ਸੀ ਮੈਨੂੰ ਉਹ ਸੱਦਾ ਪੱਤਰ ਦੇਣਾ ਪੈਣਾ ਸੀ ਕਿ ਸਰਕਾਰ ਬਣਾ ਹੂੰ ਹੂੰ ਜੇ ਉਸ ਵੇਲੇ ਉਹਨੇ ਸਰਕਾਰ ਬਣਾਈ ਹੁੰਦੀ ਦਾਨੇ ਵਾਲੀਆ ਸਾਹਿਬ ਨਾ ਤਾਂ ਉਹ ਤੇ ਇਹ ਇਲਜ਼ਾਮ ਲੱਗਦਾ ਕਿ ਉਹ ਇੱਕ ਅਲੱਗ ਪਾਵਰ ਸੈਂਟਰ ਹੈ ਉਦੋਂ ਪਾਵਰ ਸੈਂਟਰ ਕਹਿੰਦੇ ਸੀ ਦੋ ਮੈਂ ਕਹੂੰਗਾ ਦੋ ਦੀ ਬਜਾਏ ਤਿੰਨ ਸੀ ਹੂੰ ਹੂੰ ਇੱਕ ਪਾਵਰ ਸੈਂਟਰ ਤਾਂ ਡਾਕਟਰ ਮਨਮੋਹਨ ਸਿੰਘ ਵਾਲਾ ਹੋ ਗਿਆ ਜੀ ਦੂਜਾ ਪਾਵਰ ਸੈਂਟਰ ਇੰਦਰਾ ਗਾਂਧੀ ਵਾਲਾ ਹੋ ਗਿਆ ਤੇ ਤੀਜਾ ਪਾਵਰ ਸੈਂਟਰ ਜਿਹੜਾ ਹੈਗਾ ਉਹਦੇ ਮੁੰਡੇ ਵਾਲਾ ਹੋ ਗਿਆ ਰਾਹੁਲ ਗਾਂਧੀ ਦਾ ਤੇ ਰਾਹੁਲ ਗਾਂਧੀ ਦੇ ਨਾਲ ਜਿਹੜੀ ਟੀਮ ਲੱਗੀ ਹੈ ਉਹ ਟੀਮ ਦਾ ਆਪਾਂ ਨੂੰ ਪਤਾ ਹੀ ਹੈ ਕਿ ਉਹ ਟੀਮ ਕਿੰਨੀ ਸਿਆਣੀ ਹੈ ਕਿਹੜੇ ਪਾਸੇ ਨੂੰ ਲੈ ਕੇ ਜਾਂਦੀ ਹੈ ਸੋ ਇਸ ਵੇਲੇ ਦੀ ਹਾਲਾਤ ਇਹ ਹੈ ਕਿ ਪਿਛਲੇ 10 ਸਾਲਾਂ ਤੋਂ ਕਾਂਗਰਸ ਪਾਸ ਸੱਤਾ ਸਾਲਾਂ ਤੋਂ ਕਾਂਗਰਸ ਪਾਰਟੀ ਬਾਹਰ ਹੈ ਸਿਟੇਟਾਂ ਦੇ ਵਿੱਚ ਜੇ ਕਿਤੇ ਉਹ ਜਿੱਤੀ ਹੈ ਭਾਰਤੀ ਜਨਤਾ ਪਾਰਟੀ ਨੇ ਅਜੇ ਹੀ ਪਟਕਣੀ ਦਿੱਤੀ ਹੈ ਉਹਨੂੰ ਵੀ ਉਹਦੇ ਉਹਦੀਆਂ ਚੁਣੀਆਂ ਹੋਈਆਂ ਸਰਕਾਰਾਂ ਦੇ ਵਿੱਚੋਂ ਦਲ ਬਦਲੀ ਕਰਕੇ ਉਹ ਸਰਕਾਰਾਂ ਤੇ ਕਬਜ਼ਾ ਤੋੜ ਗਏ ਹਾਂ ਜੀ ਸਰਕਾਰੇ ਕਬਜ਼ੇ ਚਾਹੀਦੀ ਤਾਂ ਐਸੀ ਕਿ ਸਾਰੀ ਕਾਂਗਰਸ ਪਾਰਟੀ ਨੂੰ ਇੱਕ ਮੁੱਠੋ ਕੇ ਲੜਾਈ ਲੜਨੀ ਚਾਹੀਦੀ ਸੀ ਤੁਸੀਂ ਠੀਕ ਫਰਮਾਇਆ ਕਿ ਪੰਜ ਰਾਜਾਂ ਚ ਹੋ ਰਹੀਆਂ ਚੋਣਾਂ ਹੂੰ ਹੂੰ ਤੇ ਕਾਂਗਰਸ ਦੇ ਵੱਡੇ ਲੀਡਰ ਗਰਮੀ ਦੇ ਸ਼ੁਰੂਆਤ ਦੇ ਵਿੱਚ ਹੂੰ ਜਾ ਕੇ ਬੰਦੇ ਜੰਮੂ ਤੇ ਜੰਮੂ ਜਾ ਕੇ ਕਹਿੰਦੇ ਕੀ ਹੈ ਜੀ ਕਹਿੰਦੇ ਕਾਂਗਰਸ ਪਾਰਟੀ ਲਗਾਤਾਰ ਕਮਜ਼ੋਰ ਹੋ ਰਹੀ ਹੈ ਅਸੀਂ ਬੜੇ ਫਿਕਰਮੰਦ ਆ ਮੌਕਾ ਕਿਹੜਾ ਚੁਣੇ ਮੌਕਾ ਕਿਹੜਾ ਚੁਣੇ ਗੱਲ ਤਾਂ ਆਹੀ ਹੈ ਪਰ ਮੈਨੂੰ ਇਹਦੇ ਵਿੱਚ ਹੋਰ ਗੱਲ ਲੱਗਦੀ ਹੈ ਜੀ ਬਿਆਨਤ ਦੇਖਿਏ ਪਾਰਲੀਮੈਂਟ ਦੇ ਵਿੱਚੋਂ ਜੰਮੂ ਦੇ ਲੀਡਰ ਜਾਂਦੇ ਨੇ ਕਸ਼ਮੀਰ ਦੇ ਗੁਲਾਮ ਨਬੀ ਯਾਦ ਜੀ 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 ਪ੍ਰਧਾਨ ਮੰਤਰੀ ਜੀ ਰਹੁੰਦੇ ਨੇ ਤੁਹਾਡੇ ਮੈਂ ਯਾਦ ਕਰਾਉਣਾ ਅੱਛਾ ਤੇ ਗੁਲਾਮ ਨਬੀ ਯਾਦ ਜੀ ਅੱਗੋਂ ਬਿਆਨ ਕੀ ਦਿੰਦੇ ਨੇ ਹੁਣ ਕੱਲ ਦਾ ਬਿਆਨ ਦੇਖਿਆ ਕਹਿੰਦੇ ਬੜਾ ਸੱਚਾ ਦਿਲ ਦਾ ਬੰਦਾ ਕਹਿੰਦੇ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਮੈਂ ਤੁਹਾਡੇ ਹੁਣ ਯਾਦ ਕਰਾਉਣਾ ਜਦੋਂ ਧਾਰਾ 370 ਤੋੜੀ ਐ ਜੀ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਬਰੂਦਰ ਤੇ ਅਗੂ ਬੈਠੇ ਸੀ ਸਾਰਿਆਂ ਨੂੰ ਨਜ਼ਰਬੰਦ ਕਰਤਾ ਸੀ ਕਰਤਾ ਸੀ ਬਿਲਕੁਲ ਚਾਹੇ ਫਾਰੂਖ ਅਬਦੁੱਲਾਹ ਸੀ ਚਾਹੇ ਉਮਰ ਅਬਦੁੱਲਾਹ ਚਾਹੇ ਮਹਿਬੂਬਾ ਮੁਫਤੀ ਹੂੰ ਹੂੰ ਉਹਨਾਂ ਦੇ ਹੇਠਲੇ ਜਿਹੜੇ ਕਾਡਰ ਦੇ ਲੋਕ ਸੀ ਉਹਨਾਂ ਵਿੱਚ ਮੇਰੇ ਖਿਆਲ ਸ਼ੈਦਾ ਜੀ ਵੀ ਕੁਝ ਅੰਦਰ ਬੈਠੇ ਹੋ ਅੰਦਰ ਬੈਠੇ ਹਣ ਜੀ ਉਹਨਾਂ ਨੂੰ ਸਾਰਿਆਂ ਨੂੰ ਅੰਦਰ ਬੰਦ ਕਰਤਾ ਸੀ ਤੇ ਮਿਸਟਰ ਗੁਲਾਮ ਨਬੀ ਅਜਾਦ ਉਹ ਕਿੱਥੇ ਸੀ ਹੂੰ ਦਿੱਲੀ ਸੀ ਦਿੱਲੀ ਸੀ ਗੁਲਾਮ ਨਬੀ ਅਜਾਦ ਮੁੱਖ ਮੰਤਰੀ ਰਹੇ ਜੰਮੂ ਕਸ਼ਮੀਰ ਦੇ ਹੂੰ ਹੂੰ ਤੇ ਗੁਲਾਮ ਨਬੀ ਅਜਾਦ ਨੇ ਕੋਸ਼ਿਸ਼ ਕੀਤੀ ਸੀ ਕਿ ਮੈਂ ਜਾਵਾਂ ਤੇ ਇਹਨੂੰ ਦਿੱਲੀ ਜਿਹੜਾ ਆਪਣਾ ਜਿਹੜਾ ਸ਼੍ਰੀ ਨਗਰ ਦੇ ਹਵਾਈ ਅੱਡੇ ਤੋਂ ਵਾਪਸ ਕਰਤਾ ਸੀ ਕਿਉਂ ਕੀਤਾ ਸੀ ਕਿਉਂਕਿ ਨੇ ਇੱਕ ਕਲ ਕਹੀ ਸੀਗੀ ਹੂੰ ਕਿ ਧਾਰਾ 370 ਤੋੜਨ ਦੇ ਨਾਲ ਨਾਲ ਹੂੰ ਤੁਸੀਂ ਕਸ਼ਮੀਰ ਵੀ ਤੋੜਤਾ ਜੀ ਤੁਸੀਂ ਕਸ਼ਮੀਰ ਦੇ ਦੋ ਟੁਕੜੇ ਕਰਤੇ ਕਿਸੇ ਨੂੰ ਇਹਦੇ ਤੇ ਕੋਈ ਇਤਰਾਜ਼ ਹੀ ਨਹੀਂ ਹੂੰ ਹੂੰ ਪਰ ਉਹੀ ਗੁਲਾਮ ਨਬੀ ਆਜ਼ਾਦ ਹੈ ਹੂੰ ਜਦੋਂ ਗੁਲਾਮ ਨਬੀ ਆਜ਼ਾਦ ਨੇ ਆਪਣੀ ਆਖਰੀ ਟਿਨਯੋਰ ਹੈ ਜਿਹੜੀ ਰਾਜ ਸਭਾ ਦਾ ਹੁੰਦਾ ਮੈਂਬਰ ਨਹੀਂ ਮੈਂਬਰ ਨਹੀਂ ਜਦੋਂ ਰਾਜ ਸਭਾ ਲਈ ਚੋਣ ਲੜਦਾ ਸੀ ਦੀ ਭਾਰਤੀ ਜਨਤਾ ਪਾਰਟੀ ਨੇ ਸਾਰਾ ਜੋਰ ਲਾ ਦਿੱਤਾ ਸੀ ਉਹਨੂੰ ਹਰਾਉਣ ਵਾਸਤੇ ਕਿ ਇਹ ਬੰਦਾ ਉੱਥੇ ਨਾ ਪਹੁੰਚੇ ਤੇ ਹੁਣ ਗੁਲਾਮ ਨਬੀ ਜਾਇਦ ਨੇ ਇੱਕ ਨਹੀਂ ਕਈ ਕੰਟਰੋਡਕਟਰੀ ਗੱਲਾਂ ਕੀਤੀਆਂ ਹੂੰ ਕਹਿੰਦਾ ਮੈਨੂੰ ਉਦੋਂ ਵੀ ਟੈਲੀਫੋਨ ਕਰਕੇ ਪੁੱਛਿਆ ਸੀ ਨਰਿੰਦਰ ਮੋਦੀ ਸਾਹਿਬ ਨੇ ਵੀ ਕੋਈ ਮਦਦ ਦੀ ਲੋੜ ਹੈ ਤਾਂ ਦੱਸ ਬੰਦਾ ਕਾਂਗਰਸ ਪਾਰਟੀ ਵਾਲੇ ਪਾਸਿਓਂ ਆ ਵੀ ਤੇ ਪੁੱਛਿਆ ਉਹਨੂੰ ਵੀ ਜੀ ਨਰਿੰਦਰ ਮੋਦੀ ਉਹਨੂੰ ਪੁੱਛੇ ਨਰਿੰਦਰ ਮੋਦੀ ਸਾਹਿਬ ਜਦੋਂ ਹੁਣ ਉਹ ਰਿਟਾਇਰ ਹੁੰਦੇ ਐ ਹੂੰ ਹੂੰ ਜਦੋਂ ਵੀ ਕੋਈ ਬੰਦਾ ਰਿਟਾਇਰ ਹੁੰਦਾ ਉਹਦੇ ਰਿਟਾਇਰ ਹੋਣ ਵੇਲੇ ਉਹਦੇ ਮੰਤਾਂ ਦੇ ਵਿੱਚ ਦੋ ਸ਼ਬਦ ਜਿਹੜੇ ਐ ਸਾਰੇ ਉਹਨੇ ਕਹਿੰਦੇ ਐ ਸਪੀਕਰ ਵੀ ਬੋਲਦੇ ਐ ਉਪ ਰਾਸ਼ਟਰਪਤੀ ਜਿਹੜੇ ਹੈਗੇ ਐ ਚੇਅਰਮੈਨ ਰਾਜ ਸਭਾ ਉਹ ਵੀ ਬੋਲਦੇ ਹੋਰ ਵੀ ਐ ਮੈਨੂੰ ਇਹ ਦੱਸੋ ਕਿ ਡਾਕਟਰ ਮਨਮੋਹਨ ਸਿੰਘ ਵੀ ਰਿਟਾਇਰ ਹੋਏ ਸੀ ਹੂੰ ਹੂੰ ਡਾਕਟਰ ਮਨਮੋਹਨ ਸਿੰਘ ਦੇ ਬਾਰੇ ਕੌਣ ਨਹੀਂ ਜਾਣਦਾ ਕਿ ਉਹ ਸੰਸਾਰ ਪਰ ਪਦਰ ਤੇ ਅਰਥ ਸ਼ਾਸਤਰੀ ਕਿੰਨੇ ਪ੍ਰਸਿੱਧ ਹੀ ਉਹਨਾਂ ਦੀ ਇਹ ਕੌਣ ਇਸ ਗੱਲ ਤੋਂ ਭੁੱਲਿਆ ਹੋਇਆ ਹੈ ਕਿ ਜਦੋਂ ਭਾਰਤ ਦੀ ਇਕਨੋਮੀ ਜ਼ੀਰੋ ਤੇ ਚਲੀ ਗਈ ਸੀ ਅਸੀਂ ਆਪਣਾ ਸੋਨਾ ਵੀ ਕਹਿੰਦੇ ਧਰਤਾ ਸੀ ਹੂੰ ਹੂੰ ਵਿਦੇਸ਼ੀ ਬੈਂਕਾਂ ਕੋਲੇ ਉਹ ਜਿਸ ਸੋਨੇ ਨੂੰ ਛਡਾਉਣ ਵਾਲਾ ਤੇ ਭਾਰਤ ਦੀ ਆਰਥਿਕਤਾ ਨੂੰ ਪਟੜੀ ਤੇ ਚਾੜਨ ਵਾਲਾ ਡਾਕਟਰ ਮਨਮੋਹਨ ਸਿੰਘ ਹੈ ਜੀ ਭਾਵੇਂ ਕਿ ਉਹਦੀਆਂ ਬਹੁਤ ਸਾਰੀਆਂ ਨੀਤੀਆਂ ਨਾਲ ਅਸੀਂ ਸਹਿਮਤ ਨਹੀਂ ਨਾ ਜਿਹੜੀਆਂ ਉਹਦੀਆਂ ਨਵ ਉਦਾਰਵਾਦੀ ਨੀਤੀਆਂ ਉਹਨਾਂ ਨੀਤੀਆਂ ਦਾ ਇਹ ਕੰਡੇ ਹੁਣ ਚੁਗਣੇ ਪੈ ਰਹੇ ਆ ਸਾਨੂੰ ਜੇ ਖੇਤੀ ਕਾਨੂੰਨ ਵਗੈਰਾ ਸਾਰਾ ਕੁਝ ਆ ਰਿਹਾ ਪਰ ਇਸ ਉਹ ਜਿਸ ਜਿਸ ਧੜੇ ਦਾ ਉਹ ਲੀਡਰ ਸੀ ਹਮ ਹਮ ਜਿਸ سرمਾਈਦਾਰੀ ਦਾ ਜਾਂ ਵੱਡੇ ਲੀਡਰ ਦਾ ਉਹ ਲੀਡਰ ਸੀ ਜਿਨ੍ਹਾਂ ਚ ਉਹ ਜਿਨ੍ਹਾਂ ਦਾ ਪ੍ਰਤੀਨਿਧ ਸੀ ਉਹਨਾਂ ਦੇ ਹੱਕ ਵਿੱਚ ਜਿਹੜੇ ਕੰਮ ਪੂਰਾ ਕੀਤਾ ਬਿਲਕੁਲ ਉਨੇ ਪੂਰਾ ਕੀਤਾ ਜਦੋਂ ਡਾਕਟਰ ਮਨਮੋਹਨ ਸਿੰਘ ਰਿਟਾਇਰ ਹੋਏ ਕੀ ਡਾਕਟਰ ਮਨਮੋਹਨ ਸਿੰਘ ਬਾਰੇ ਅਜਿਹੇ ਸ਼ਬਦ ਕਹੇ ਗਏ ਸੀ ਨਾ ਬਿਲਕੁਲ ਨਹੀਂ ਕਹੇ ਪ੍ਰਧਾਨ ਮੰਤਰੀ ਦਾ ਵੀ ਗਲ ਪਰਦਾ ਹੈ ਹਮ ਅੱਖਾਂ ਚ ਵੀ ਹੰਝੂ ਆਉਂਦੇ ਆ ਹੰਝੂ ਆਉਂਦੇ ਆ ਕਹਿੰਦੇ ਵੀ ਜਦੋਂ ਗੁਜਰਾਤ ਦੇ ਸੈਲਾਨੀ ਗਏ ਸੀਗੇ ਕਸ਼ਮੀਰ ਦੇ ਵਿੱਚ ਹਮ ਹਮ ਤੇ ਮੁੱਖ ਮੰਤਰੀ ਸੀ ਜੰਮੂ ਕਸ਼ਮੀਰ ਤੇ ਉੱਥੇ ਮਾਰਿਆ ਗਿਆ ਤੇ ਮੈਨੂੰ ਜੰਮੂ ਕਸ਼ਮੀਰ ਦੇ ਜੰਮੂ ਦੇ ਅੱਡੇ ਤੋਂ ਭਾਈ ਅੱਡੇ ਤੋਂ ਜਦੋਂ ਮੈਨੂੰ ਟੈਲੀਫੋਨ ਕਰਦੇ ਆ ਤੇ ਇਹਨਾਂ ਦਾ ਕਹਿੰਦੇ ਵੀ ਗੱਜ ਭਰਿਆ ਹੋਇਆ ਸੀ ਹਮ ਔਰ ਉਹ ਉਹਨਾਂ ਦਾ ਵੀ ਗਲ ਭਰੇ ਹੋਇਆ ਤੇ ਉਹ ਕਹਿੰਦੇ ਜੀ ਨਾਲ ਉਹ ਕੱਲ ਕੀ ਕਹਿੰਦੇ ਆ ਕਿ ਆਜ਼ਾਦ ਸਾਹਿਬ ਜੀ ਅਸੀਂ ਤੁਹਾਨੂੰ ਆਜ਼ਾਦ ਨਹੀਂ ਕਰਾਂਗੇ ਹੂੰ ਤੁਹਾਨੂੰ ਅਸੀਂ ਸੇਵਾ ਮੁਕਤ ਨਹੀਂ ਕਰਾਂਗੇ ਜੀ ਤੁਹਾਡੀਆਂ ਸੇਵਾਵਾਂ માં ਅਸੀਂ ਲਮਾਂਗੇ ਦੱਸੋ ਤੇ ਇਹਨੀਆਂ ਸੇਵਾਵਾਂ માં ਹੁਣ ਗੁਲਾਮ ਨਬੀ ਆਜ਼ਾਦ ਕੀ ਕਹਿੰਦਾ ਹੈ ਹੂੰ ਕਿ ਇਸ ਪ੍ਰਧਾਨ ਮੰਤਰੀ ਨਾਲ ਦਾ ਨਾਲ ਦਾ ਤਾਂ ਹਕੀਕਤ ਬਿਆਨ ਪ੍ਰਧਾਨ ਮੰਤਰੀ ਕੋਈ ਨਹੀਂ ਦੱਸੋ ਉਹਨੇ ਆਪਣੀ ਅਸਲੀਅਤ ਤਾਂ ਕਹਿੰਦੇ ਸੁਪਾ ਕੇ ਨਹੀਂ ਰੱਖੀ ਹੂੰ ਕਹਿੰਦਾ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਹੈ ਕਿ ਛੋਟਾ ਹੁੰਦਾ ਮੈਂ ਚਾਹ ਵੀ ਵੇਚਦਾ ਰਿਹਾ ਜੀ ਛੋਟਾ ਹੁੰਦਾ ਮੈਂ ਬਰਤਨ ਵੀ ਸਾਫ ਕਰਦਾ ਰਿਹਾ ਦਾਨੇ ਵਾਲਿਆ ਸਾਹਿਬ ਵੀ ਤਾਂ ਹੁਣ ਆਰਟੀਆਈ ਦੇ ਵਿੱਚ ਇੱਕ ਕਿਸੇ ਐਕਟਿਵਿਸਟ ਨੇ ਇਨਫੋਰਮੇਸ਼ਨ ਲਈ ਹੂੰ ਵੀ ਦੱਸੋ ਜੀ ਜਿਹੜੇ ਰੇਲਵੇ ਸਟੇਸ਼ਨ ਦੇ ਉੱਤੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਮੈਂ ਚਾਹ ਵੇਚਦਾ ਹੁੰਦਾ ਸੀ ਉਹ ਰੇਲਵੇ ਸਟੇਸ਼ਨ ਬਣਿਆ ਕਦੋਂ ਸੀ ਹੂੰ ਜਿਸ ਵੇਲੇ ਦੀਆਂ ਗੱਲਾਂ ਕਰਦੇ ਹੋ ਤੁਹਾਡੇ ਰੇਲਵੇ ਸਟੇਸ਼ਨ ਦੀ ਹੋਈ ਹੀ ਨਹੀਂ ਸੀ ਸਹੀ ਨਹੀਂ ਸੀ ਤੇ ਫਿਰ ਜਿਹੜਾ ਇੰਨਾ ਮੋਹ ਹੈ ਇਸ ਮੋਹ ਦੇ ਨਾਲ ਨਾਲ ਜਿਹੜੇ ਕਸ਼ਮੀਰ ਆਪਣੇ 23 ਗਰੁੱਪ 23 ਵਾਲੇ ਲੀਡਰ ਉੱਥੇ ਇਕੱਠੇ ਹੋਏ ਹੂੰ ਉਹ ਲੀਡਰ ਕਹਿੰਦੇ ਆ ਜੀ ਅਸੀਂ ਲੜਾਈ ਲੜਨ ਨੂੰ ਤਿਆਰ ਹਾਂ ਤੁਸੀਂ ਕਿ ਦੇਖੋ ਕਿ ਅਸੀਂ ਕਾਂਗਰਸ ਨੂੰ ਮਜ਼ਬੂਤ ਕਰਨਾ ਹੈ ਇਹ ਗੱਲ ਉਹ ਕਹਿੰਦੇ ਆ ਜੀ 2019 ਦੇ ਵਿੱਚ ਰਾਹੁਲ ਗਾਂਧੀ ਨੇ ਆ ਦੂਜੀ ਵਾਰੀ ਹਾਰ ਤੋਂ ਬਾਅਦ ਜਦੋਂ ਅਸਤੀਫਾ ਦਿੱਤਾ ਉਹਦੋਂ ਨੇ ਇੱਕ ਗੱਲ ਕਹੀ ਸੀ ਜੀ ਉਹਨੇ ਕਿਹਾ ਸੀ ਕਿ ਮੈਂ ਇਕੱਲਾ ਹੀ ਲੜਾਈ ਲੜਦਾ ਰਿਹਾ ਹੂੰ ਹੂੰ ਮੇਰੀ ਪਾਰਟੀ ਮੇਰੇ ਨਾਲ ਨਹੀਂ ਸੀ ਜੀ ਜੇ ਆਪਾਂ ਸਹੀ ਮੈਨੇਜ ਦੇਖੀਏ ਤਾਂ ਜਿਹੜੀਆਂ ਜਿਹੜੇ ਕੰਡੇ ਉਹਦੇ ਪਿਓ ਨੇ ਬੀਜੇ ਸੀ ਉਹ ਕੰਡੇ ਉਹਨੂੰ ਚੁਗਨੇ ਪੈ ਰਹੇ ਹੂੰ ਹੂੰ ਉਹਦੇ ਪਿਓ ਨੇ ਦੋ ਵੱਡੀਆਂ ਗਲਤੀਆਂ ਕੀਤੀਆਂ ਸੀ ਜੀ ਇੱਕ ਗਲਤੀ ਤਾਂ ਉਦੋਂ ਕੀਤੀ ਸੀ ਜਦੋਂ ਸ਼ਾਹਬਾਨੂ ਵਾਲਾ ਕੇਸ ਹੋਇਆ ਹੂੰ ਹੂੰ ਸ਼ਾਹਬਾਨੂ ਦੇ ਕੇਸ ਦੇ ਵਿੱਚ ਸੁਪਰੀਮ ਕੋਰਟ ਤੱਕ ਸ਼ਾਹਬਾਨੂ ਜਿੱਤੀ ਸੀ ਤੇ ਉਹਨੂੰ ਖਰਚਾ ਮਿਲਿਆ ਸੀ ਪਤੀ ਵਾਲੇ ਪਾਸਿਓ ਹੂੰ ਹੂੰ ਉਹ ਕਿਉਂਕਿ ਉਹਦੇ ਤੇ ਜਿਹੜੇ ਮੁਸਲਮ ਕਟੜ ਮੁਸਲਮਾਨ ਹੈ ਜੀ ਉਹ ਉਹਨਾਂ ਦੀਆਂ ਜਿਹੜੀਆਂ ਭਵਾਂ ਕਸਿੰਗ ਹੂੰ ਹੂੰ ਉਹ ਰੌਹਲ ਗਾਂਧੀ ਦੇ ਖਿਲਾਫ ਅਵਾਤਵਾ ਬੋਲਣ ਲੱਗੇ ਉਹਨਾਂ ਤੋਂ ਡਰ ਕੇ ਕਾਨੂੰਨ ਬਣਾਤੇ ਬਦਲਦਾ ਤੇ ਫਿਰ ਹਿੰਦੂ ਨਾਰਾਜ਼ ਹੋ ਗਈ ਵੀ ਮੁਸਲਮਾਨਾਂ ਦੀ ਪੀਚਮੈਂਟ ਹੈ ਜਦੋਂ ਹਿੰਦੂ ਨਰਾਜ ਹੋ ਗਏ ਤੇ ਰਾਹੁਲ ਗਾਂਧੀ ਦੇ ਬਾਪ ਦੇ ਸਲਾਹਕਾਰਾਂ ਨੇ ਰਜੀਵ ਨੂੰ ਕਿਹਾ ਹੂੰ ਕਿ ਹੁਣ ਆਪਾਂ ਫਿਰ ਦੂਜਾ ਕਰ ਲਈਏ ਹਿੰਦੂਆਂ ਨੂੰ ਖੁਸ਼ ਕਰ ਲਈਏ ਹਿੰਦੂਆਂ ਨੂੰ ਖੁਸ਼ ਕਰ ਲਈਏ ਇਧਰ ਤਾਂ ਆਪਾਂ ਕਾਨੂੰਨ ਬਦਲਤਾ ਤੇ ਉਧਰ ਆਪਾਂ ਬਾਬਰੀ ਮਸਜਿਦ ਦੇ ਫੱਟ ਖੋਲ੍ਹ ਲੀ ਹਾਂ ਉਹਨਾਂ ਨੇ ਫੱਟ ਖੋਲ੍ਹਤੀ ਜੇ ਅਸੀਂ ਕਹਿੰਨੇ ਵੀ ਬਾਬਰੀ ਮਸਜਿਦ ਢਾਈ ਵੀ ਇਹ ਲਾਲ ਕ੍ਰਿਸ਼ਨ ਰਡਵਾਨੀ ਨੇ ਭਾਜਪਾ ਨੇ ਬਜਰੰਗ ਦਲ ਨੇ ਬਿਸ਼ਵਿੰਦੂ ਪ੍ਰਿਚਿੰਨ ਨੇ ਟਾਤੀ ਅਸਲ ਦੇ ਵਿੱਚ ਇਹਦੀ ਬੁਨਿਆਦਤਾ ਰਾਹੁਲ ਗਾਂਧੀ ਜੀ ਵਾਰੇ ਰਜੀਵ ਗਾਂਧੀ ਵਾਰੇ ਰੱਖੀ ਗਈ ਸੀ ਉਹਦੇ ਵਿੱਚ ਜਿਹੜੀ ਅਗਲੀ ਜਿਹੜੀ ਸੁਆਹਾ ਸੁਆਹਾ ਕੀਤੀ ਉਹਦੇ ਤੇ ਜਿਹੜੀ ਉਹ ਨਰਸਿਮਰ ਉਹ ਨਰਸਿਮਰ ਰੌ ਨੇ ਕਰਤੀ ਇਹਨਾਂ ਨੇ ਤਾਂ ਬੜੇ ਬੜੇ ਨੂੰ ਢਾਤਾ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਉਹਨੇ ਗਲਤੀਆਂ ਕੀਤੀਆਂ ਸੀ ਉਹਨਾਂ ਗਲਤੀਆਂ ਦਾ ਉਹਨੂੰ ਖਮਿਆਜਾ ਭੁਗਤਣਾ ਪੈ ਰਿਹਾ ਜੀ ਪਰ ਐਸ ਤਰ੍ਹਾਂ ਸਾਨੂੰ ਇਹ ਮੰਨਣਾ ਪੈਣਾ ਕਿ ਆਰਐਸਐਸ ਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਤੇ ਜਿਨੇ ਤਿੱਖੇ ਹਮਲੇ ਜੇ ਕੋਈ ਬੰਦਾ ਕਰ ਰਿਹਾ ਤਾਂ ਇਕੱਲਾ ਰਾਹੁਲ ਗਾਂਧੀ ਕਰ ਰਾਹੁਲ ਗਾਂਧੀ ਕਰ ਪੰਡਿਤ ਜੁਵਾਰ ਲਾਲ Nehru ਤੋਂ ਬਾਅਦ ਵਿਚਾਰਧਾਰਕ ਤੌਰ ਤੇ BJP ਦੇ ਉੱਤੇ ਜਾਂ RSS ਦੇ ਉੱਤੇ ਕੋਈ ਹਮਲੇ ਕਰਨ ਵਾਲਾ ਲੀਡਰ ਪੈਦਾ ਹੋਇਆ ਤਾਂ ਉਹ rahul gandhi ਹੈ rahul gandhi ਹੈ ਪਰ ਉਹਦੀ ਬਦਕਿਸਮਤੀ ਹੈ rahul gandhi ਦੀ ਕਿ ਆਪ ਉਹਦੀ ਭਮੇ ਨੀਅਤ ਸਾਫ ਹੈ ਜਿਹੜੀ ਉਹਦੇ ਨਾਲ ਐਡਵਾਈਜ਼ਰਸ ਦੀ ਟੀਮ ਹੈ ਉਹ ਬਹੁਤ ਮਾੜੇ ਉਹ ਬਹੁਤ ਮਾੜੇ ਪੰਜਾਬ ਦੇ ਵਿੱਚ ਕਿਹ ਕਿਹਦਾ ਨਾਂ ਲੱਗਿਆ ਆਪਾਂ ਪੰਜਾਬ ਦੇ ਵਿੱਚ ਮੰਗ ਮੰਗ ਕੇ ਜਿਹੜੇ ਪੰਜਾਬ ਦੇ ਵਿੱਚ ਉਹਦਾ ਇੰਚਾਰਜ ਲਗਿਆ ਸੀ ਸਹਿ ਇੰਚਾਰਜ ਹੂੰ ਉਹਨੇ ਹਰੀਸ਼ਚੰਦਰ ਹਰੀਸ਼ ਉਹਨੇ ਤਾਂ ਸੌਦੇ ਟਿਕਟਾਂ ਵੇਚਤੀਆਂ ਟਿਕ 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 ਮੇ ਹੁੰਗਾ ਸਾਰਾ ਕੁਝ ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦਾ ਖਮਾਜਾ ਭੁਗਤਣਾ ਪੈਂਦਾ ਤੁਸੀਂ ਜੇ ਪੁਰਾਣੀ ਲੀਡਰਸ਼ਿਪ ਨੂੰ ਨਾਲ ਲੈ ਤੋ ਬਗੈਰ ਤੁਸੀਂ ਅੱਗੇ ਨਹੀਂ ਚੱਲ ਸਕਦੇ ਆਨੰਦ ਸ਼ਰਮਾ ਜਿਹੜਾ ਹੁਣ ਵਿਰੋਧ ਚ ਖੜਾ ਹੈ ਇਹ ਆਨੰਦ ਸ਼ਰਮਾ ਤਾਂ ਬੀਰਪਤਦਰ ਸਿੰਘ ਨੂੰ ਡੀ ਸਟੇਬਲਾਈਜ਼ ਕਰਦਾ ਹੁੰਦਾ ਸੀ ਭੁਪਿੰਦਰ ਸਿੰਘ ਹੁੱਡਾ ਅੱਜ ਵਿਰੋਧ ਦੇ ਵਿੱਚ ਖੜਾ ਹੈ ਜੇ ਅੱਜ ਭੁਪਿੰਦਰ ਸਿੰਘ ਹੁੱਡਾ ਵਿਰੋਧ ਚ ਖੜਾ ਕਿਉਂ ਖੜਾ ਹੈ ਕਿਉਂਕਿ ਭੁਪਿੰਦਰ ਸਿੰਘ ਹੁੱਡਾ ਦੇ ਮੁਕਾਬਲੇ ਤੇ ਅਸ਼ੋਕ ਤਮਰ ਨੂੰ ਲੈ ਜਾਂਦਾ ਜੀ ਜੇ ਅਸ਼ੋਕ ਤਮਰ ਪ੍ਰਧਾਨ ਨਾ ਹੁੰਦਾ 6 ਮਹੀਨੇ ਪਹਿਲਾਂ ਲਾਇਆ ਹੁੰਦਾ ਤਾਂ ਅੱਜ ਸਰਕਾਰ ਜਿਹੜੀ ਹੈ ਕਾਂਗਰਸ ਦੀ ਹੁੰਦੀ ਬਿਲਕੁਲ ਬਿਲਕੁਲ ਕਿੱਥੋਂ ਤੱਕ ਖੁੱਡਾ ਲੈ ਗਿਆ ਸੀ ਚਲੋ ਉੱਥੋਂ ਤਮਰ ਵਾਲਾ ਪਾਇ ਉਹਦਾ ਖੜਾ ਛੁੱਟਿਆ ਹੂੰ ਹੂੰ ਤੇ ਹੁਣ ਰਣਦੀਪ ਸਿੰਘ ਸੁਰਜੀ ਵਾਲਾ ਦੇ ਮੁਕਾਬਲੇ ਤੇ ਖੜਾ ਕਰਤਾ ਜੀ ਜੀ ਇਹ ਜਿਹੜੀ ਖੜੇ ਕਰਨ ਵਾਲੇ ਕੈਪਟਨ ਮਨਦਰ ਸਿੰਘ ਦੇ ਮੁਕਾਬਲੇ ਦੇ ਉੱਤੇ ਆਪਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜਿਹੜੇ ਦੂਲੋ ਤੇ ਸ਼ਮਸ਼ੇ ਆਪਣਾ ਸ਼ਮਸ਼ੇਰ ਸਿੰਘ ਦੂਲੋ ਤੇ ਬਾਜਵਾ ਸਾਹਿਬ ਬੋਲਦੇ ਇਹਨਾਂ ਨੂੰ ਕੌਣ ਤੁਖਣੀ ਦਿੰਦਾ ਹੂੰ ਹੂੰ ਠੀਕ ਹੈ ਔਰ ਇਹਦੇ ਨਾਲ ਤੁਸੀਂ ਹੋਰ ਦੇਖੋ ਕਿ ਮਿਸਟਰ ਮਨੀਸ਼ ਦਿਵਾੜੀ ਜ ਉਭੀਓ ਤੇ ਨਾਲੇ ਗਰੁੱਪ ਚ ਹੂੰ ਹੂੰ ਕੌਣ ਨਹੀਂ ਜਾਣਦਾ ਕਿ ਮਨੀਸ਼ ਤਿਵਾੜੀ ਦੀ ਸਿੱਖੀ ਸੇਵਕੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਤੇ ਵੱਧ ਹੂੰ 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 ਸੋ ਕਈ ਚੀਜ਼ਾਂ ਜਿਹੜੀਆਂ ਹੈਗੇ ਉਹਨੂੰ ਆਪਣਾ ਘਰ ਦੇਖਣਾ ਪੈਣਾ ਇਹ ਠੀਕ ਹੈ ਕਿ ਅੱਜ ਦੇ ਵਿੱਚ ਜਿਹੜਾ ਅੱਜ ਸੰਕਟ ਦੇ ਵਿੱਚ ਹੈ ਉਹਦੀ ਭੈਣ ਤੇ ਉਹ ਦੋਨੋਂ ਹੀ ਤਰੇ ਹੋਏ ਹੂੰ ਹੂੰ ਕਾਂਗਰਸ ਪਾਰਟੀ ਦੇ ਜਦੋਂ ਹੁਣ ਐਸ ਵੇਲੇ ਤੁਸੀਂ ਦੇਖੋ ਕਿ ਜਿਹੜੀ ਲੜਾਈ ਲੜੀ ਜਾ ਰਹੀ ਹੈ ਜੀ ਪੰਜ ਰਾਜਾਂ ਦੀਆਂ ਚੋਣਾਂ ਦੇ ਵਿੱਚੋਂ ਦੋ ਰਾਜ ਹੈ ਹੂੰ ਹੂੰ ਜਿੱਥੇ ਆਪਾਂ ਕਹਿ ਸਕਦੇ ਕਿ ਕਾਂਗਰਸ ਪਾਰਟੀ ਆਪਣੀ ਪਰਫਾਰਮੈਂਸ ਮੈਨਸ ਵਾਸਤੇ ਲੜ ਰਹੀ ਹੈ ਲੜ ਰਹੀ ਹੈ ਬਿਲਕੁਲ ਜੀ ਅਸਾਮ ਦੇ ਵਿੱਚ ਤਾਂ ਉਹ ਸੱਤਾ ਹਾਸਲ ਕਰਨ ਵਾਸਤੇ ਲੜ ਰਹੀ ਹੈ ਕਿਉਂਕਿ ਅਸਾਮ ਦੇ ਵਿੱਚ ਜਿਹੜਾ ਪਾਪੂ ਜਿਹੜਾ ਉੱਥੋਂ ਦਾ ਇੱਕ ਡੈਮੋਕਰੈਟਿਕ ਫਰੰਟ ਹੈ ਪਹਿਲਾਂ ਐਨਡੀਏ ਦੇ ਨਾਲ ਹੁੰਦਾ ਸੀ ਹੂੰ ਹੂੰ ਉਹ ਡੈਮੋਕ੍ਰੈਟਿਕ ਫਰੰਟ ਹੁਣ ਇਸ ਵੇਲੇ ਕਾਂਗਰਸ ਪਾਰਟੀ ਨਾਲ ਆ ਗਿਆ। ਜੀ। ਔਰ ਉਹਦੇ ਆਉਣ ਦੇ ਨਾਲ ਜਿਹੜੀ ਹੈ ਬੀਜੇਪੀ ਦੇ ਕੈਂਪ ਦੇ ਵਿੱਚ ਕਾਫੀ ਸਾਰੀ ਜਿਹੜੀ ਖਲਬੁਲੀ ਬਚੀ ਹੋਈ ਹੈ। ਹੂੰ ਹੂੰ। ਇਦਾਂ ਸੀ ਦੇਖੀਏ ਤਾਂ ਬੰਗਾਲ ਦੇ ਵਿੱਚ ਮੈਂ ਪਹਿਲਾਂ ਜ਼ਿਕਰ ਕਰਕੇ ਹਟਾਂ। ਜੀ। ਕਿ ਬੰਗਾਲ ਦੇ ਵਿੱਚ ਕਾਂਗਰਸ ਪਾਰਟੀ ਤੇ ਲੈਫਟ ਵਾਲਿਆਂ ਦਾ ਸਮਝੌਤਾ ਹੋ ਗਿਆ। ਹੂੰ ਹੂੰ। ਕੱਲ ਕਿੱਡੀ ਵੱਡੀ ਰੈਲੀ ਹੋਈ ਹੈ। ਜੀ। ਉੱਥੇ ਉਹ ਆਪਣੀ ਪੋਜੀਸ਼ਨ ਇੰਪਰੂਵ ਕਰਨ ਦਾ ਯਤਨ ਕਰ ਰਹੇ। ਦੋਨਾਂ ਥਾਂਾਂ ਦੇ ਉੱਤੇ। ਔਰ ਇਸ ਵੇਲੇ ਚਾਹੀਦਾ ਐਸੀ ਸਾਰੀ ਲੀਡਰਸ਼ਿਪ ਉਹਨਾਂ ਦੇ ਨਾਲ ਜਾਂਦੀ ਪਰ ਗੱਲ ਇਹ ਹੈ ਜੀ ਇੱਥੇ ਜਿਹੜੀ ਹੁਣ ਲੱਤਾਂ ਵਾਲੀ ਖਚਕਚਾਈ ਗੱਲ ਵਾਲੀ ਹੋ ਗਈ ਦੋਨਾਂ ਤਿਹਰਾ ਦੇ ਵਿੱਚ ਨੁਕਸ ਹੈ ਹੂੰ ਹੂੰ ਰਾਹੁਲ ਗਾਂਧੀ ਦੀ ਨੀਤ ਠੀਕ ਹੈ ਲੇਕਿਨ ਉਹ ਦੇ ਅਡਵਾਈਜ਼ਰ ਮੜੇ ਇਧਰਲੇ ਪਾਸੇ ਜਿਹੜੇ ਹੈਗੇ ਆ ਬੰਦੇ ਤਾਂ ਸਾਰੇ ਐ ਉਹ ਕਹਿੰਦੇ ਜੇ ਤਾਂ ਰਾਜ ਸਭਾ ਦਾ ਮੈਂਬਰ ਬਣਾ ਦਿੰਦੇ ਗੁਲਾਮ ਨਬੀ ਅਜਾਦ ਸਾਹਿਬ ਨੂੰ ਦੁਬਾਰਾ ਲੈ ਆਉਂਦੇ ਕਿਉਂਕਿ ਗੁਲਾਮ ਨਬੀ ਅਜਾਦ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਹੋਣ ਲੱਗੀਆਂ ਫਿਰ ਤੁਸੀਂ ਦੇਖਿਆ ਹੋਣਾ ਕਿ ਮਿਸਟਰ ਖੜਗੇ ਖੜਗੇ ਸਾਹਿਬ ਲੋਕ ਸਭਾ ਦੀ ਚੋਣ ਹਾਰ ਗਏ ਸੀ ਜੀ ਉਹਨਾਂ ਨੂੰ ਕਰਨਾਟਕਾ ਦੇ ਵਿੱਚੋਂ ਰਾਜ ਸਭਾ ਚ ਲਿਆਂਦਾ ਗਿਆ ਹੂੰ ਹੂੰ ਤੇ ਜੇ ਗੁਲਾਮ ਨਬੀ ਅਜਾਦ ਦੀ ਸੁਰਨਾਬ بگੜੀ ਹੁੰਦੀ ਜੀ ਜੀ ਹੋ ਸਕਦਾ ਗੁਲਾਮ ਨਬੀ ਅਜਾਦ ਉੱਥੋਂ ਆ ਜਾਂਦਾ ਹੂੰ ਹੂੰ ਪਰ ਅਗਾ ਇਹ ਵੀ ਦੇਖੋ ਪਰਫਾਰਮੈਂਸ ਤੁਸੀਂ ਕਿ ਗੁਲਾਮ ਨਬੀ ਅਜਾਦ ਲੀਡਰ ਰਾਜ ਸਭਾ ਚ ਜੀ ਡਿਪਟੀ ਲੀਡਰ ਆਨੰਦ ਸ਼ਰਮਾ ਹੂੰ ਹੂੰ ਤੇ ਦੋਨੇ ਕਿਸੇ ਹੋਰ ਲੀਡਰ ਨੂੰ ਬੋਲਣ ਨਹੀਂ ਦਿੱਤੇ ਸੀ ਨਾ ਆਪ ਹੀ ਬੋਲਦੇ ਸੀ ਹੂੰ ਹੂੰ ਜਾਂ ਗਾਹਿਬ ਗਾਹਿ ਕੇ ਨਾ ਥੋੜਾ ਜਿਆਦਾ ਇੱਕ ਦਿਨ ਉਹ ਪ੍ਰੈਸ਼ਰ ਪਾ ਕੇ ਪ੍ਰਤਾਪ ਬਾਜਵੇ ਨੂੰ ਜ਼ਰੂਰ ਬੁਲਾਤਾ ਸੀ ਬਿਲਕੁਲ ਠੀਕ ਹੈ ਇੱਕ ਕਰਕੇ ਕੜਾ ਬੜਾ ਕੁਸ਼ਾ ਵੀ ਜੇ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਤਾਂ ਸ਼ਾਇਦ ਫਿਰ ਕਹਿੰਦੇ ਵੀ ਕਾਂਗਰਸ ਸਭ ਕੁਝ ਠੀਕ ਬਸ ਬਸ ਆਹੀ ਤਾਂ ਰੌਲਾ ਨੇ ਜੀ ਕਿਉਂਕਿ ਇਹ ਇਹ ਬੰਦੇ ਨੂੰ ਤਾਂ ਆਏ ਆ ਵੀ ਜੇ ਮੈਂ ਇੰਨੇ ਸਾਲ ਰਹਿ ਗਿਆ ਤਾਂ ਜੇ ਇੱਕ ਦਿਨ ਵੀ ਕਾਂਗਰਸ ਪਾਰਟੀ ਕਹਿ ਦੇਣਾ ਵੀ ਯਾਰ ਦੋ ਦਿਨ ਰਾਮ ਕਰ ਲੈ ਫਿਰ ਅਸੀਂ ਪਾਰਟੀ ਸਾਡਾ ਉਹ ਨਹੀਂ ਆਦਰਮਾਨ ਨਹੀਂ ਕਰਦੀ ਆਦਰਮਾਨ ਨਹੀਂ ਕਰਦੀ ਠੀਕ ਹੈ ਜੀ ਤੇ ਉਧਰ ਢਿੱਲੋ ਸਭ ਖੇਤੀ ਕਾਨੂੰਨ ਕਹਿੰਦੇ ਕਿਸਾਨਾਂ ਦੇ ਮੌਤ ਦੇ ਵਾਰੰਟ ਨੇ ਐਡਾ ਤਖੜਾ ਬਿਆਨ ਕਿਹੜੇ ਕਿਹਨੇ ਦੇ ਦਿੱਤਾ ਹੈ ਦੇਖੋ ਬਿਆਨ ਦਿੱਤਾ ਅਰਵਿੰਦ ਕੇਜਰੀਵਾਲ ਹੋਰ ਆਨੇ ਹੂੰ ਮੁੱਖ ਮੰਤਰੀ ਹੈ ਦਿੱਲੀ ਦੇ ਹੂੰ ਪੰਜਾਬ ਦੇ ਵਿੱਚ ਉਹਨਾਂ ਨੇ ਚੋਣ ਲੜਨੀ ਹੈ ਜੀ ਤੇ ਆਪਾਂ ਨੂੰ ਵੀ ਪਤਾ ਹੈ ਕਿ ਪੰਜਾਬ ਕੀ ਸਾਰਾ ਦੇਸ਼ ਹੀ ਖੇਤੀ ਆਧਾਰ ਸੂਬਾ ਲੇਕਿਨ ਇਸ ਅੰਦੋਲਨ ਦੀ ਸ਼ੁਰੂਆਤ ਹੈ ਜਿਹੜੀ ਪੰਜਾਬ ਤੋਂ ਹੁੰਦੀ ਹੈ ਜੀ ਉਹ ਮਹਾਪੰਚਾਇਤ ਕਰਦੀ ਹੈ ਮੇਰਠ ਹੂੰ ਹੂੰ ਤੇ ਨਿਗਾਹ ਜਿਹੜੀ ਹੈਗੀ ਹੈ ਪੰਜਾਬ ਤੇ ਜੀ ਬੋਲਦੇ ਉੱਥੇ ਹੈ ਤੇ ਸੁਨੇਹਾ ਪੰਜਾਬੀਆਂ ਨੂੰ ਦੇ ਰਹੇ ਭਾਈ ਅਗਲੀ ਵਾਰੀ ਸਾਡਾ ਖਿਆਲ ਰੱਖਿਓ ਚੰਗੀ ਗੱਲ ਹੈ ਖੈਰ ਵਿੱਚ ਕੋਈ ਮਾੜੀ ਗੱਲ ਨਹੀਂ ਮੇਰਾ ਇਹ ਮੰਨਣਾ ਹੈ ਕਿ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇੱਕ ਪਿਰਤ ਹੈ ਜੀ ਕਿ ਲੋਕ ਜਿੱਧਰ ਨੂੰ ਤੁਰ ਪੈਂਦੇ ਨੇ ਉਧਰ ਨੂੰ ਤੁਰ ਪੈਂਦੇ ਹੂੰ ਹੂੰ ਇਸ ਵੇਲੇ ਰੈਲੀਆਂ ਦਾ ਤੇ ਮਹਾਪੰਚਾਇਤਾਂ ਦਾ ਜੋਰ ਹੈ ਜੀ ਅੱਜ ਦੇ ਘੜੀ ਦੇ ਵਿੱਚ ਮੇਰੇ ਖਿਆਲ ਮੁਤਾਬਕ ਤਾਂ ਨੇੜੀਆਂ ਸਭ ਆਪਾਂ ਅਮਲੀ ਕੰਦੀਆਂ ਤਾਂ ਦਿਖੀਆਂ ਵੀ ਮੀਟਿੰਗਾਂ ਹੁੰਦੀਆਂ ਹੂੰ ਹੂੰ ਜਦੋਂ ਇਲੈਕਸ਼ਨਾਂ ਹੁੰਦੀਆਂ ਆਮਲੀ ਕਹਿੰਦੇ ਹੁੰਦੇ ਆ ਜੀ ਫੀਮ ਦੇ ਠੇਕੇ ਖੋਲ ਦਿਓ ਠੇਕੇ ਖੋਲ ਦਿਓ ਤੇ ਹੁਣ ਜਿਹੋ ਜਿਹਾ ਮਾਹੌਲ ਹੈ ਭਾਰਤ ਦਾ ਹੂੰ ਹੂੰ ਮੇਰਾ ਖਿਆਲ ਹੈ ਜੇ ਸਾਰੇ ਜੀਬ ਕਤਰੀ ਇਕੱਠੇ ਹੋ ਜਾਣ ਹੂੰ ਵੀ ਸਾਨੂੰ ਜੀ ਆ ਪੁਲਿਸ ਬੜੀ ਫੜਦੀ ਆ ਸਾਡੇ ਵੀ ਹਿਤਾਂ ਦੀ ਰਾਖੀ ਤੇ ਰੈਲੀ ਉਹਨਾਂ ਦੇ ਵਿੱਚ ਉਹਨਾਂ ਦੀ ਵੀ ਹੋਊਗੀ ਇਹ ਹੁਣ ਰੈਲੀਆਂ ਦਾ ਜੋਗਾ ਹਰ ਇੱਕ ਬੰਦਾ ਤਪੇ ਤੰਦੂਰ ਤੇ ਰੋਟੀਆਂ ਲਾਉਣੀਆਂ ਚਾਹੁੰਦਾ ਹੈ ਹੂੰ ਹੂੰ ਬੜੇ ਬੜੇ ਸਮਾਜ ਸੁਧਾਰਕ ਵੀ ਤੁਰੇ ਫਿਰਦੇ ਆ ਉਹ ਵੀ ਕਹਿੰਦੇ ਜੀ ਅਸੀਂ ਆਪਣੀਆਂ ਰੈਲੀਆਂ ਤੇ ਰੈਲੀ ਕਰਨ ਉਹਨਾਂ ਨੇ ਇਥੇ ਕੀਤੀ ਬਹੁਤ ਵਧੀਆ ਕੀਤੀ ਉਹਨਾਂ ਦੀ ਰੈਲੀ ਨੂੰ ਅਖਬਾਰਾਂ ਨੇ ਜਿਹੜਾ ਹੈਗਾ ਫਰੰਟ ਪੇਜ ਦੇ ਉੱਤੇ ਵਧੀਆ ਜਗ੍ਹਾ ਦਿੱਤੀ ਹੈ ਖਾਸ ਕਰਕੇ ਪੰਜਾਬੀ ਦੇ ਅਖਬਾਰਾਂ ਨੇ ਜੀ ਪਰ ਦੂਜੇ ਪਾਸੇ ਇੱਕ ਹੋਰ ਹੈ ਜੀ ਚਰਖੀ ਦਾਦਰੀ ਦੇ ਵਿੱਚ ਵੀ ਇੱਕ ਐਕਸ਼ਨ ਹੋਇਆ ਅੱਛਾ ਜੀ ਇਹ ਬਿਲਕੁਲ ਫਰੰਟ ਤੇ ਹੈ ਤੇ ਉਹ ਬਿਲ ਚਰਖੀ ਦਾਧਰੀ ਦੇ ਵਿੱਚ ਕੀ ਹੁੰਦਾ ਚਰਖੀ ਦਾਧਰੀ ਦੇ ਵਿੱਚ ਕਬਤਾ ਜੈਨ ਨਾਂ ਦੀ ਇੱਕ ਸਾਬਕਾ ਮੰਤਰੀ ਹੈ ਅੱਛਾ ਜੀ ਉਹ ਇੱਕ ਸਮਾਗਮ ਚ ਜਾਂਦੀ ਹੈ ਹੂੰ ਹੂੰ ਕਿਸਾਨਾਂ ਨੂੰ ਲੱਗ ਗਿਆ ਪਤਾ ਜੀ ਕਿ ਬੀਬੀ ਇੱਥੇ ਆਉਂਦੀ ਹੈ ਫੁਗਾਟ ਖਾਪ ਹੈ ਜਿਹੜੀ ਹੂੰ ਹੂੰ ਉਹਨਾਂ ਦਾ ਉੱਥੇ ਦਬਦਬਾ ਹੈ ਉਹ ਜਿਹੜੇ ਖਾਪ ਦੇ ਲੀਡਰ ਇਕੱਠੇ ਹੋਏ ਫੈਸਲਾ ਹੋਇਆ ਉਹ ਕਹਿੰਦੇ ਜੀ ਘੇਰ ਲਓ ਬੀਬੀ ਨੂੰ ਆਪਾਂ ਨਹੀਂ ਇੱਥੇ ਆਉਣ ਦੇਣਾ ਹੂੰ ਹੂੰ ਜਦੋਂ ਭਾਰਤੀ ਜਨਤਾ ਪਾਰਟੀ ਜੀ ਨੇ ਕਿਸਾਨ ਵਿਰੋਧੀ ਕਾਨੂੰਨ ਬਣਾਏ ਹੈ ਬਿਲਕੁਲ ਜੀ ਇਹਨਾਂ ਨੂੰ ਅਸੀਂ ਇੱਥੇ ਵੱਡਣੀ ਨਹੀਂ ਦੇਣਾ ਤੇ ਇਹ ਬੀਬੀ ਕੀ ਲੈਣ ਆਉਂਦੀ ਹੈ ਉਹਨੇ ਦੀ ਚਾਲੇ ਪਾਤੇ ਸਮਾਗਮ ਵਾਲੇ ਪਾਸੇ ਤੇ ਬੀਬੀ ਨੂੰ ਪਤਾ ਲੱਗ ਗਿਆ ਵੀ ਭੇੜੀ ਹੋਊਗੀ ਹੂੰ ਤੇ ਬੀਬੀ ਕਪਤਾ ਜੈਨ ਜੀ ਨੇ ਉੱਥੇ ਹੀ ਕਪਤਾ ਪੜਤੀ ਜਿੱਥੇ ਬੈਠੀ ਸੀ ਜਿਹੜੀ ਵੀ ਮੈਂ ਚੱਲੀ ਆ ਮੈਂ ਨਹੀਂ ਹਣਾ ਠੀਕ ਹੈ ਉਹਨੇ ਸਮਾਗਮ ਦਾ ਬਾਈਕਟ ਕਰਤਾ ਪਰ ਉਹ ਕਿਉਂਕਿ ਉਹ ਜਿਹੜੇ ਘਰਾਓ ਕਰਨ ਵਾਲੇ ਆ ਵਿਚਾਰੇ ਜਾਂ ਐਕਸ਼ਨ ਵਾਲੇ ਆ ਉਹ ਕਿਸਾਨ ਹੈ ਜੀ ਕਿਸਾਨਾਂ ਨੂੰ ਤਾਂ ਕਹਿੰਦੇ ਫਸਟ ਕਿਸਾਨ ਪਹਿਲਾਂ ਯਾਦਦਾਤਾ ਪਰ ਅਖਬਾਰਾਂ ਦੇ ਮਾਮਲੇ ਦੇ ਵਿੱਚ ਵੀ ਆਪਾਂ ਦੇਖਦੇ ਆਂ ਖਬਰਾਂ ਦੇ ਮਾਮਲੇ ਚ ਜਿਹੜੀ ਖਬਰ ਜਿੱਥੇ ਛਪਣੀ ਚਾਹੀਦੀ ਉੱਥੇ ਨਹੀਂ ਛਪਦੀ ਪੋਲਿਟੀਕਲ ਬੰਦਿਆਂ ਦੀ ਖਬਰ ਪਹਿਲਾਂ ਆ ਜਾਂਦੀ ਹੈ ਜੀ ਇਵੇਂ ਜਿਵੇਂ ਰਾਹੁਲ ਗਾਂਧੀ ਵੀ ਫਿਰਦਾ ਜੀ ਹੂੰ ਉਹ ਤਾਮਿਲਨਾਡੂ ਚ ਆਪਾਂ ਜਿਕਰ ਪਹਿਲਾਂ ਵੀ ਕਰ ਚੁੱਕੇ ਕਿ ਉਹ ਆਪਣੀਆਂ ਇਲੈਕਸ਼ਨਾਂ ਚ ਫਿਰਦਾ ਹੈ ਤਾਮਿਲਨਾਡੂ ਦੇ ਵਿੱਚ ਕੱਲ ਉਹ ਲੂਣ ਵਾਲੇ ਮਜ਼ਦੂਰਾਂ ਨੂੰ ਮਿਲਦਾ ਹੈ ਅੱਛਾ ਜੀ ਲੂਣ ਵਾਲੇ ਮਜ਼ਦੂਰਾਂ ਨੂੰ ਮਿਲ ਕੇ ਗੱਲ ਉੱਥੇ ਫੇਰ ਉਹਨੇ ਪਤੇ ਦੀ ਕੀਤੀ ਉਹ ਲੂਣ ਦੇ ਵਿੱਚ ਉਹ ਲੂਣ ਮਜ਼ਦੂਰਾਂ ਦੀ ਇੱਕ ਬੀਬੀ ਖੜੀ ਹੋ ਕੇ ਕਹਿੰਦੀ ਹੈ ਵੀ 4 ਮਹੀਨੇ ਹੂੰ ਜਿਹੜੇ ਕਰੋਨਾ ਵਾਲੇ ਸੀ ਸਾਡੇ ਅਸੀਂ ਕੰਮ ਨਹੀਂ ਕਰ ਸਕੇ ਸਾਨੂੰ ਉਹਦਾ ਕੁਛ ਨਾ ਕੁਛ ਮਿਲਣਾ ਚਾਹੀਦਾ ਤੁਹਾਡਾ ਇਹਦੇ ਬਾਰੇ ਵਿਚਾਰ ਕੀ ਹੈ ਉਕੇ ਨਵੀ ਸਾਡੀ ਪਾਰਟੀ ਨੇ ਤਾਂ 2013 ਲਈ ਕਹਿੰਦਾ ਸੀ ਤੇ ਸੋਚ ਲਿਆ ਸੀ ਕਿ ਗਰੀਬੀ ਤੇ ਅਮੀਰੀ ਦਾ ਪਾੜਾ ਵਧ ਰਿਹਾ ਜੀ ਔਰ ਇਹ ਪਾੜਾ ਘਟਣਾ ਚਾਹੀਦਾ ਲੇਕਿਨ 2014 ਦੇ ਵਿੱਚ ਸਰਕਾਰ ਇਹਨਾਂ ਦੀ ਆ ਗਈ ਮੋਦੀ ਸਾਹਿਬ ਦੀ ਅਸੀਂ ਜਿਹੜੀ ਕੋਈ ਸੋਚੀ ਸੀ ਗੱਲ ਉਹਨੂੰ ਅੱਗੇ ਨਹੀਂ ਕਰ ਸਕੇ ਉਹਨੇ ਉੱਤੇ ਕਿਹਾ ਪਰ ਕਹਿੰਦਾ ਇਹ ਗੱਲ ਮੈਂ ਤੁਹਾਡੀ ਮੰਨਦਾ ਕਿ ਗਰੀਬੀ ਅਮੀਰੀ ਦਾ ਪਾੜਾ ਬਹੁਤ ਵਧ ਰਿਹਾ ਹੈ ਹਮ ਆਪਾਂ ਜਾਣਦੇ ਹਾਂ ਕਿ ਕੋਰੋਨਾ ਦੇ ਦੌਰ ਦੇ ਵਿੱਚ ਅਮੀਰਾਂ ਦੀਆਂ ਤਾਂ ਜਿਹੜੀਆਂ ਤਜਾਵਰੀਆਂ ਭਰਦੀਆਂ ਰਹੀਆਂ ਉਦੋਂ ਵੀ ਉਦੋਂ ਵੀ ਹਾਂਜੀ ਤੇ ਜਿਹੜੇ ਮਤਲਬ ਮਜ਼ਦੂਰ ਸੀ ਜਾਂ ਗਰੀਬ ਸੀ ਉਹਨਾਂ ਨਾਲ ਕੀ ਬਣਦੀ ਸੀ ਮੈਂ ਤੁਹਾਨੂੰ ਯਾਦ ਕਰਾਉਣਾ ਇੱਕ ਗੱਲ ਦਾ ਨਿਕਲਿਆ ਸਭ ਕਈ ਵਾਰੀ ਨਾ ਦਿਮਾਗ ਦੇ ਵਿੱਚ ਚੁਟਕਲੇ ਯਾਦ ਆ ਜਾਂਦੀ ਅੱਛਾ ਜੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਰਾਂ ਕਿਹਾ ਸੀ ਕਿ ਇਸ ਦੇਸ਼ ਦੇ ਵਿੱਚ ਜਿਹੜੇ ਹੈ ਹਵਾਈ ਚੱਪਲ ਪਾਉਣ ਵਾਲੇ ਲੋਕ ਜਿਹਨੂੰ ਆਪਾਂ ਹਾਂ ਬਾਥਰੂਮ ਸਲਿਪਰ ਕਹਿੰਦੇ ਹਾਂ ਹਾਂ ਬਾਥਰੂਮ ਹਵਾਈ ਚੱਪਲ ਪਾਉਣ ਵਾਲੇ ਲੋਕ ਵੀ ਕਹਿੰਦੇ ਹਵਾਈ ਜਹਾਜ਼ਾਂ ਤੇ ਚੜਿਆ ਕਰਨੀ ਹੂੰ ਤੇ ਵਿਚਾਰਾ ਤਾਂ ਹਵਾਈ ਚੱਪਲਾ ਤਾਂ ਉਦੋਂ ਖੋਲਿਆ ਸੀ ਜਦੋਂ ਉਹ ਸੜਕਾਂ ਤੇ ਪੈਦਲ ਚੁਰੇ ਜਾਂਦੇ ਸੜਕਾਂ ਤੇ ਫਿਰਦੇ ਹੀ ਅੱਡੀਆਂ ਪਾਟ ਗਿਆ ਅੱਡੀਆਂ ਪਾਟ ਗਿਆ ਸੀ ਵਿਚਾਰਿਆਂ ਦੇ ਉੱਥੇ ਚਲੇ ਗਏ ਸੀ ਤੇ ਜਿੱਥੋਂ ਤੱਕ ਹਵਾਈ ਜਹਾਜਾਂ ਦੇ ਚੜਨ ਦੀ ਗੱਲ ਹੈ ਤੇ ਹਵਾਈ ਜਹਾਜਾਂ ਵਾਲੇ ਜਿਹੜੇ ਹਵਾਈ ਅਡੇ ਆ ਉਹ ਤਾਂ ਅਦਾਨੀਆਂ ਬਾਨੀਆਂ ਵਾਲੇ ਕਿਤੇ ਜਾ ਰਹੇ ਹੁਣ ਤਾਂ ਵਿਚਾਰਿਆਂ ਦੀ ਸਥਿਤੀ ਵੀ ਗੱਡੀਆਂ ਵਾਲਾ ਕੰਮ ਵੀ ਕਿਹਾ ਹਮ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਕਹਿੰਦੇ ਜੀ ਉਹ ਵੀ ਤਾਂ ਨਿੱਜੀ ਕਰਨ ਅੱਛਾ ਲੁਧਿਆਣੇ ਵਾਲੇ ਦਾ ਵੀ ਨਿੱਜੀ ਕਰਨ ਕੰਮ ਹੀ ਬਕਾਇਆ ਜਾ ਰਹੇ ਬਾਕੀ ਕਹਿੰਦੇ ਜੀ ਵੇਚ ਵਾਟ ਕੇ ਜਿਹੜਾ ਨਾ ਪੈਸਾ ਉਹ ਕਹਿੰਦੇ ਗਰੀਬਾਂ ਤੇ ਲਾਵਾਂਗੇ ਚਲੋ ਕਮਾਈ ਕਰਕੇ ਨਹੀਂ ਲਾਵਾਂਗੇ ਵੇਚ ਵਾਟ ਕੇ ਚਲੋ ਵੇਚ ਵਾਟ ਕੇ ਵੀ ਲਾ ਦੇ ਪਰ ਉਹ ਕਹਿੰਦੇ ਗਰੀਬਾਂ ਤੇ ਲਾਉਣਾ ਦਾ ਅਮੀਰਾਂ ਤੇ ਹੀ ਹੈ ਹਮ ਹਮ ਇਹ ਗੱਲ ਆ ਕਿ ਉਹਨੇ ਮਤਲਬ ਸਾਰਾ ਕੰਮ ਉਹ ਵੀ ਹੈ ਰਾਹੁਲ ਗਾਂਧੀ ਕਰ ਲੋ ਵੀ ਆਲੀ ਗੱਲ ਆ ਗਈ ਅਖਬਾਰਾਂ ਨੇ ਰਾਹੁਲ ਗਾਂਧੀ ਦੀ ਵੀ ਲਾਤੀ ਕਿਉਂਕਿ ਲੀਡਰ ਉਹ ਵੀ ਬਟਾਏ ਖਬਰ ਉਹ ਵੀ ਲਾ ਦिती ਲੇਕਿਨ ਅਖਬਾਰਾਂ ਨੇ ਇੱਕ ਸਚਾਈ ਲੁਕੋ ਲਈ ਜੀ ਅੱਜ ਕੱਲ ਇੱਕ ਬਹੁਤ ਵੱਡਾ ਪ੍ਰਚਾਰ ਚੱਲ ਰਿਹਾ ਹੈ ਹੂੰ ਕਿਤੇ ਕਿਤੇ ਮੰਗ ਉੱਠ ਖੜਦੀ ਹੈ ਕਿਸਾਨ ਗੱਲ ਕਰ ਲੈਂਦੇ ਕਿ ਜੀ ਪੈਟਰੋਲ 100 ਰੁਪਏ ਟੱਪ ਗਿਆ ਤਾਂ ਦੁੱਧ ਵੀ ਤਾਂ ਦੁੱਧ ਵੀ 100 ਰੁਪਏ ਚਾਹੀਦਾ ਜੀ ਅਸੀਂ ਤਾਂ 100 ਰੁਪਏ ਦੇਵਾਂਗੇ ਹੂੰ ਹੂੰ ਪਰ ਵਿਚਾਰਿਆਂ ਦੀ ਕਿਸਾਨਾਂ ਦੀ ਹਾਲਤ ਕਿੰਨੀ ਹੈ ਕਿੰਨਾ ਕੁ ਦੁੱਧ ਉਹ ਆਪ ਦੇ ਘਰੇ ਰੱਖ ਲੈਣਗੇ ਜੀ ਜਿਹੜੇ ਖਾਂਦੇ ਪੀਂਦੇ ਕਿਸਾਨ ਆ ਜਿਨ੍ਹਾਂ ਦੇ ਕੋਲੇ 10 10 20 20 ਕਿੱਲੇ ਜ਼ਮੀਨ ਹੈਗੀ ਆ ਉਹ ਤਾਂ ਆਪਦਾ ਚਾਰ ਚਾਰਾ ਪਾਲਣਗੇ ਦੁੱਧ ਘਰੇ ਵਰਤ ਲੈਣਗੇ ਘਿਓ ਬਣਾ ਲੈਣਗੇ ਚਲੋ ਰਿਸ਼ਤੇਦਾਰਾਂ ਚ ਯਾਰਾ ਮਿੱਤਰਾਂ ਨੂੰ ਭੇਜ ਦੇਣਗੇ ਕੁਝ ਨਹੀਂ ਤਾਂ ਮੋਰਚੇ 'ਚ ਭੇਜ ਦੇਣਗੇ ਹੂੰ ਹੂੰ ਲੇਕਿਨ ਜਿਹੜੇ ਲੋਕਾਂ ਦੇ ਕੋਲੇ ਜ਼ਮੀਨਾਂ ਹੈ ਨਹੀਂ ਹੂੰ ਹੂੰ ਉਹ ਜ਼ਮੀਨਾਂ ਠੇਕੇ ਤੇ ਲੈਂਦੇ ਆ ਜਾਂ ਜਿਹੜੇ ਪੱਠੇ ਮੁੱਲ ਲੈਂਦੇ ਆ ਉਹ ਕੀ ਕਰਨਗੇ ਖੇਤ ਮਿੱਤਰੋ ਕਿੱਧਰ ਨੂੰ ਜਾਣਗੇ ਉਹਨਾਂ ਨੂੰ ਤਾਂ ਵਿਚਾਰਾਂ ਨੂੰ ਸਿੱਟਣਾ ਪੈਣਾ ਤੇ ਡੁੱਲਣਾ ਪੈਣਾ ਡੁੱਲਣਾ ਪੈਣਾ ਆਪਾਂ ਦੇਖਿਆ ਕਿੰਨੇ ਵਾਰੀ ਤੇ ਡੁੱਲਦਾ ਹੁੰਦਾ ਇੱਥੇ ਬਿਲਕੁਲ ਬਿਲਕੁਲ ਇਦੇ ਪਿੱਛੇ ਕੌਨਸਪਿਰੇਸੀ ਕੀ ਹੈ ਹੂੰ ਇਹਨਾਂ ਖਬਰਾਂ ਨੂੰ ਪ੍ਰਚਾਰਿਤ ਕਿਉਂ ਕੀਤਾ ਜਾ ਰਿਹਾ ਹੈ ਇਹ ਖਬਰਾਂ ਬੰਦ ਕਿਉਂ ਰੇਗੀ ਇਹਦੇ ਬਾਰੇ ਹਾਲਾਂਕਿ ਜਿਹੜੀ ਹੈਗੇ ਕਿਸਾਨ ਮੋਰਚੇ ਵਾਲਿਆਂ ਦਾ ਸਪਸ਼ਟਿਕਰ ਆ ਗਿਆ ਆ ਗਿਆ ਵੀ ਅਸੀਂ ਨਹੀਂ ਹੈ ਇਸਦੇ ਹੱਕ ਉਹ ਕਹਿੰਦੇ ਅਸੀਂ ਨਹੀਂ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਜਿਹੜਾ ਭਾਈਚਾਰਾ ਬਣਿਆ ਹੂੰ ਸ਼ਹਿਰੀ ਤੇ ਪਿੰਡੂ ਭਾਈਚਾਰਾ ਬਣਿਆ ਜਿਹੜਾ ਇਹ ਭਾਈਚਾਰੇ ਦੇ ਉੱਤੇ ਸੱਟ ਮਾਰੀ ਜਾ ਰਹੀ ਹੈ ਇਹ ਭਾਈਚਾਰਾ ਤੋੜਨ ਦੇ ਯਤਨ ਕਰ ਰਹੇ ਜਿਹੜੇ ਆਈਟੀ ਸੈੱਲ ਹੈ ਵੱਖ-ਵੱਖ ਥਾਂ ਦੇ ਹੂੰ ਖਾਸ ਕਰਕੇ ਜਿਹੜੇ ਬੀਜੇਪੀ ਵਾਲੇ ਅਮਿਤ ਵਾਲੀ ਆ ਮਾਲਵੀਆ ਹੋਰੀ ਬੈਠੇ ਹੈ ਹੂੰ ਉਹ ਆਈਟੀ ਸੈੱਲ ਇਹ ਕੰਮ ਕਰ ਇਹਦੇ ਮੈਂ ਅਜੇ ਤੱਕ ਤੁਸੀਂ ਕਿਸੇ ਅਖਬਾਰ ਦਾ ਕੋਈ ਆਰਟੀਕਲ ਆਇਆ ਨਾ ਕਿਸੇ ਦਾ ਕੋਈ ਐਡੀਟੋਰੀਅਲ ਆਇਆ ਕਿਸੇ ਦੀ ਕੋਈ ਰਿਪੋਰਟ ਪ੍ਰਕਾਸ਼ ਹੋਈ ਨਹੀਂ ਆਈ ਇੱਕ ਕੰਮ ਤਾਂ ਸਾਡੇ ਹਿੱਸੇ ਆ ਸਾਨੂੰ ਦੱਸਣਾ ਪੈਂਦਾ ਵੀ ਉਹਨਾਂ ਨੂੰ ਤੋੜਨਾ ਪਰ ਫਿਰ ਵੀ ਭਾਵੇਂ ਠੀਕ ਹੈ ਵੀ ਇਹ ਇਸ ਵੇਲੇ ਜੁਗ ਆ ਗਿਆ ਹੈ ਅਸੀਂ ਧੰਨਵਾਦ ਕਰਦੇ ਹਾਂ ਕੇਜਰੀਵਾਲ ਸਾਹਿਬ ਦਾ ਵੀ ਜੇ ਉਹਨਾਂ ਨੂੰ ਵੀ ਇਹ ਲੱਗਦਾ ਵੀ ਬਿਲਕੁਲ ਜੀ ਕਿਸਾਨਾਂ ਦੇ ਤਾਂ ਡੈਥ ਵਾਰੰਟ ਹੈ ਜੇ ਸਾਰੀਆਂ ਪੋਲੀਟੀਕਲ ਪਾਰਟੀਆਂ ਮੰਨ ਲੈਣ ਡੈਥ ਵਾਰੰਟ ਤੇ ਸਾਰੇ ਇਕੱਠੇ ਹੋ ਕੇ ਸੰਘਰਸ਼ ਕਰ ਲੈਣ ਆਪੋ ਆਪਣੀਆਂ ਰੋਟੀਆਂ ਨਾ ਸੇਕਣ ਤਾਂ ਉਹ ਵਧੀਆ ਹੋਊ ਅੱਜ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ ਜੀ ਉਹ ਦੀਆਂ ਕੱਲੋਂ ਆਪਣੇ ਕੋਲ ਖਬਰ ਆ ਜਾਣਗੀਆਂ ਪਤਾ ਲੱਗ ਜੂ ਵੀ ਉੱਥੇ ਫਿਰ ਕੀ ਨੇ ਕੀ ਕੀ ਕੁਸ਼ੀਤ ਕਿਸਾਨਾਂ ਦੀ ਹਮਦਰਦੀ ਕੀ ਨੇ ਕੀਤੀ ਪਰ ਕੀ ਕੀਤਾ ਮੈਂ ਵੇਖ ਲਈ ਉੱਥੇ ਹਾਂਜੀ ਉਹ ਨੰਗ ਰਿਆ ਸੀ ਗਵਰਨਰ ਹਾਂਜੀ ਤੇ ਬੈਂਚ ਭਰਾ ਉੱਥੇ ਲੱਗ ਗਏ ਹੈ ਕੇਂਦਰ ਦਾ ਤੋਤਾ ਹਾਏ ਹਾਏ ਕਿਸਾਨਾਂ ਦਾ ਦੁਸ਼ਮਣ ਹਾਏ ਹਾਏ ਨਾਲੇ ਝਾਕ ਕੇ ਐ ਸੱਤਰੀ ਗੱਲ ਬੁਲਾ ਗਿਆ ਗਵਰਨਰ ਉਹਨਾਂ ਨੂੰ ਆਉ ਉਹ ਜਿਵੇਂ ਆਪਣੇ ਬਾਪ ਨਰਿੰਦਰ ਤੋਮਰ ਸਾਹਿਬ ਦੇ ਜਦੋਂ ਆਉਣ ਵੇਲੇ ਕਾਲੀਆ ਤਖਤ ਤੇ ਲਾਈਕ ਆਪਣਾ ਤਖਤ ਟੈਕਨੀਕ ਲੈ ਕੇ ਕਾਲੀ ਦਲ ਵਾਲੇ ਵਿਰੋਧ ਕਰਦੇ ਸੀ ਨਹੀਂ ਇਹ ਨਹੀਂ ਇਹ ਤਾਂ ਗਵਰਨਰ ਉਹਨਾਂ ਨੂੰ ਕਰ ਗਿਆ ਅੱਛਾ ਗਵਰਨਰ ਸਤਿ ਸ਼੍ਰੀ ਅਕਾਲ ਬੁਲਾ ਗਿਆ ਗਵਰਨਰ ਸਤਿ ਸ਼੍ਰੀ ਅਕਾਲ ਚਲੋ ਸੋ ਇਹਦਾ ਮਤਲਬ ਹੈ ਵੀ ਗਵਰਨਰ ਜਿਹੜਾ ਹੈ ਉਹ ਪੋਲਿਟਿਸ਼ੀਅਨ ਦਾ ਸੀ ਡਿਪਲੋਮੈਟ ਵੀ ਹੈ ਡਿਪਲੋਮੈਟ ਵੀ ਹੈ ਹਾਂਜੀ ਹਾਂਜੀ ਤੇ ਉਧਰ ਟਿਲੋ ਸਾਫਰ ਜੰਗਲਾਤ ਮੰਤਰੀ ਹੈ ਜਿਹੜਾ ਮਹਾਰਾਸ਼ਟਰ ਦਾ ਉਹ ਕਹਿੰਦੇ ਅਸਤੀਫਾ ਦੇ ਗਿਆ ਇਹੋ ਜਿਹਾ ਕੀ ਬਾਣਾ ਵਰਤ ਗਿਆ ਮੇਰਾ ਖਿਆਲ ਰਠਾੜ ਸਾਹਿਬ ਹੈ ਅੱਛਾ ਜੀ ਇਹ ਜੰਗਲਾਤ ਮੰਤਰੀ ਸੀ ਰਠਾੜ ਸਾਹਿਬ ਹੂੰ ਹੂੰ ਉਦਬ ਠਾਕਰੇ ਦੀ ਸਰਕਾਰ ਦੇ ਵਿੱਚ ਅੱਛਾ ਜੀ ਇਹਨਾਂ ਨੂੰ ਸਤਿਫਾ ਇਸ ਕਰਕੇ ਦੇਣਾ ਪੈ ਗਿਆ ਕਿਉਂਕਿ ਇੱਕ ਟਿਕਟੌਕ ਕੁੜੀ ਹੈ ਵਾ ਇੱਕ ਸਾਲਾਂ ਦੀ ਹੂੰ ਉਹਨੇ ਖੁਦਕੁਸ਼ੀ ਕਰ ਲਈ ਜੀ ਔਰ ਖੁਦਕੁਸ਼ੀ ਦੇ ਮਾਮਲੇ 'ਚ ਇਹਨਾਂ ਦਾ ਨਾਮ ਵੀ ਬੋਲਣ ਲੱਗ ਪਿਆ ਹੂੰ ਹੂੰ ਅਖਬਾਰਾਂ ਨੇ ਇਹ ਤਾਂ ਲਿਖਤਾ ਵੀ ਨਾਮ ਬੋਲਦਾ ਹੈ ਜੀ ਪਰ ਨਾ ਕਿਸ ਕਾਰਨ ਬੋਲਦਾ ਇੰਨੀ ਕਿਹਲਾਜ ਕਰਕੇ ਹੂੰ ਹੂੰ ਇਹ ਦੱਸਿਆ ਨਹੀਂ ਦੱਸ ਦੇਣਾ ਚਾਹੀਦਾ ਸੀ ਕਿਉਂਕਿ ਵੀ ਉਹਨੇ ਕੀ ਕੀਤਾ ਉਹਦਾ ਨਾਮ ਬੋਲਦਾ ਕਿਵੇਂ ਜੀ ਇਸ ਕਰਕੇ ਜਦੋਂ ਲੋਕਾਂ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਮਹਾਰਾਸ਼ਟਰ ਦੇ ਵਿੱਚ ਲੋਕ ਇਹਨਾਂ ਚੀਜ਼ਾਂ ਨੂੰ ਲੈਦੇ ਬੜਾ ਹੈ ਹੂੰ ਹੂੰ ਪ੍ਰੋਟੈਸਟ ਹੋਣੀ ਸ਼ੁਰੂ ਹੋ ਗਈ ਜੀ ਤਾਂ ਫਿਰ ਉਹਨੂੰ ਅਸਤੀਫਾ ਮੈਨੂੰ ਲੱਗਦਾ ਦੇਣਾ ਨਹੀਂ ਪਿਆ ਉਹਦੇ ਉਠਾ ਕਰੇ ਨੇ ਘਰੇ ਬੁਲਾ ਕੇ ਕਹਿਤਾ ਵੀ ਲਿਖ ਕੇ ਦੇ ਦੇ ਜੀ ਤੇ ਉਹਨਾਂ ਨੇ ਲੈ ਲੈ ਤੇ ਉਹਨੂੰ ਫਾਰਕ ਕਰਤਾ ਹੂੰ ਹੂੰ ਇਹ ਹੁਣ ਦਾਨੇ ਵਾਲੀ ਸਭ ਗੱਲ ਇਹ ਹੈ ਕਿ ਇਸ ਉਮਰ ਦੇ ਜਿਸ ਪੜਾਅ ਦੇ ਉੱਤੇ ਲੋਕ ਜਾਂਦੇ ਆ ਵਜ਼ੀਰ ਬਣਦੇ ਹੂੰ 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 ਪੰਜਾਬ ਦੇ ਵਿੱਚ ਤਾਂ ਕਈ ਵਾਰੀ ਛੋਟੀ ਉਮਰ ਦੇ ਲੋਕ ਵੀ ਬਣ ਜਾਂਦੇ ਆ ਲੇਕਿਨ ਮਹਾਰਾਸ਼ਟਰ ਵਰਗੀਆਂ ਸਟੇਟਾਂ ਦੇ ਵਿੱਚ ਆਪਾਂ ਦੇਖੀਏ ਤਾਂ ਜ਼ਿਆਦਾਤਰ ਉੱਥੇ ਜਿਹੜੀ ਮਚਿਓਰੇਜ ਵਾਲੇ ਬੰਦੇ ਬਣਦੇ ਇਹ ਮੈਂ ਬੇਦੇ ਬਾਰੇ ਇੱਕ ਵਾਰੀ ਕਾਫੀ ਵਿਦਵਾਨਾਂ ਨਾਲ ਵੀ ਰਹਿ ਮਸ਼ਵਰਾ ਕੀਤਾ ਕਿ ਅਸੀਂ ਵੱਡੀ ਵੱਡੀ ਉਮਰ ਦੇ ਬੰਦਿਆਂ ਨੂੰ ਦੇਖਦੇ ਆਂ ਚਾਹੇ ਉਹ ਪੰਜਾਬ ਹੋਵੇ ਹਰਿਆਣਾ ਹੋਵੇ ਦੇਸ਼ ਦੇ ਕਿਸੇ ਵੀ ਹਿੱਸੇ ਚੋਂ ਹੂੰ ਹੂੰ ਉਹ ਵਜ਼ੀਰ ਵੀ ਬਣ ਜਾਂਦੇ ਆ ਸਾਰਾ ਕੁਝ ਕਰਦੇ ਆ ਤੇ ਉਹ ਆ ਕੇ ਆਖਰੀ ਉਮਰ ਚ ਬਹਿ ਕੇ ਜਾਂਦੇ ਜੀ ਤਾਂ ਇੱਕ ਵਿਦਵਾਨ ਨੇ ਮੈਨੂੰ ਦੱਸਿਆ ਕਿ ਜਦੋਂ ਅਸੀਂ ਕੋਈ ਇਲੈਕਸ਼ਨ ਲੜਦੇ ਆ ਕੋਈ ਜ਼ਮਾਨਾ ਹੁੰਦਾ ਸੀ ਇਲੈਕਸ਼ਨ ਉਹਨਾਂ ਲੋਕਾਂ ਨੂੰ ਲੜਾਈ ਜਾਂਦੀ ਸੀ ਜਿਹਨਾਂ ਦੇ ਵਿੱਚ ਦੇਸ਼ ਭਗਤੀ ਦੀ ਸਪਿਰਟ ਹੁੰਦੀ ਸੀ ਜੀ ਜੀ ਜਿਨ੍ਹਾਂ ਦੇ ਵਿੱਚ ਲੋਕਾਂ ਦਾ ਕੁਝ ਕਰਨ ਗੁਜਰਨ ਦਾ ਮਾਦਾ ਹੁੰਦਾ ਸੀ ਹੂੰ ਹੂੰ ਜਜ਼ਬਾ ਹੁੰਦਾ ਸੀ ਉਹਨਾਂ ਨੂੰ ਬੜਾਇਆ ਜਾਂਦਾ ਸੀ ਫਿਰ ਹੌਲੀ ਹੌਲੀ ਇਹ ਹੋ ਗਿਆ ਕਿ ਲੋਕ ਦੀ ਮੈਨੂੰ ਮੇਰਾ ਨਹੀਂ ਸਰਦਾ ਮੈਨੂੰ ਤਾਂ ਜਰੂਰ ਐਮਐਲਏ ਦੀ ਟਿਕਟ ਦੇਉ ਹੂੰ ਹੂੰ ਰਿਸ਼ਤੇਦਾਰੀਆਂ ਪੈਣ ਲੱਗੀਆਂ ਪੈਸੇ ਦੀ ਗੱਲ ਚੱਲਣ ਲੱਗੀ ਫੇਰ ਆ ਗਿਆ ਵਪਾਰ ਬਣ ਗਿਆ ਪੋਲਿਟਿਕ ਜੀ ਇਲੈਕਸ਼ਨ ਪੋਲਿਟਿਕਸ ਵਪਾਰ ਬਣ ਗਈ ਪੈਸਾ ਲਾਉ ਜਿੱਤੋ ਤੇ ਪੈਸਾ ਕਮਾਓ ਕਮਾਓ ਪੈਸਾ ਕਮਾਓ ਨਾ ਕਮਾਓ ਹੂੰ ਬੰਦਾ ਵਜ਼ੀਰ ਬਣ ਜਾਂਦਾ ਹੈ ਨਾਂ ਵੀ ਬਣ ਜਾਂਦਾ ਹੈ ਪੈਸਾ ਵੀ ਬਣ ਜਾਂਦਾ ਹੈ ਉਮਰ ਵੱਧਦੀ ਜਾਂਦੀ ਹੈ ਹੂੰ ਹੂੰ ਜਦੋਂ ਦੋਨੇ ਚੀਜ਼ਾਂ ਹੋ ਜਾਂਦੀਆਂ ਤੇ ਫੇਰ ਹੁਣ ਆਪਾਂ ਕੀ ਕਰੀਏ ਜੀ ਉਦੋਂ ਫੇਰ ਇਹ ਬੰਦੇ ਆ ਕੇ ਆਪਣੇ ਜਿਹੜੇ ਹੈਗੇ ਹੱਲ ਜਾਂਦੇ ਹੱਲ ਜਾਂਦੇ ਆਪਣਾ ਜਿਹੜਾ دین ਧਰਮ ਹੁੰਦਾ ਉਹ ਸਾਰਾ ਕੁਝ ਸਭ ਕੁਝ ਭੁੱਲ ਜਾਂਦੀ ਓਦੋਂ ਨਹੀਂ ਇਹ ਯਾਦ ਰੱਖਦੀ ਕਿ ਆ ਜਿਹੜੀਆਂ ਕੁੜੀਆਂ ਸਾਡੇ ਕੋਲੇ ਸਾਡੀਆਂ ਪੋਤੀਆਂ ਰਹੀਆਂ ਅਸੀਂ ਇਹਨਾਂ ਬਲ ਮਾੜੀ ਨਿਗਾਹ ਕਿਵੇਂ ਦੇਖਦੇ ਮੇਰੇ ਸਾਹਮਣੇ ਕਈ ਚੀਜ਼ਾਂ ਆ ਰਹੀਆਂ ਨੇ ਆ ਰਹੀਆਂ ਸਭ ਤੁਸੀਂ ਦੇਖਿਆ ਹੁਣ ਆਪਣੇ ਨਾਲ ਗੁਆਂਢ ਚ ਰਾਜਸਥਾਨ ਹੈ ਹੂੰ ਹੂੰ ਆ ਰਾਜਸਥਾਨ ਦੇ ਵਿੱਚ ਕੁੜੀ ਹੁੰਦੀ ਸੀ ਡਾਂਸਰ ਪੰਬਰੀ ਦੀ ਵੀ ਹਾਂ ਪੰਬਰੀ ਦੇ ਵੀ ਉਹ ਠੀਕ ਹੈ ਜੀਦਾ ਕਤਲ ਕਰਤਾ ਸੀ ਵਿਚਾਰੀ ਦਾ ਕਤਲ ਕਰਤਾ ਸੀ ਪੰਬਰੀ ਦੀਵ ਦੀ ਮਾਮਲੇ ਦੇ ਵਿੱਚ ਫਿਰ ਇੱਕ ਵਜ਼ੀਰ ਸਾਹਿਬ ਨੂੰ ਅਸਤੀਫਾ ਵੀ ਦੇਣਾ ਪੈ ਗਿਆ ਸੀ ਤੇ ਵਜ਼ੀਰ ਸਾਹਿਬ ਨੂੰ ਮੇਰੇ ਖਿਆਲ ਅੰਦਰ ਵੀ ਐਸੇ ਅੰਦਰ ਦਾਲ ਪੀਣੀ ਪਈ ਐਸ ਵੇਲੇ ਦਾਲ ਪੀਣੀ ਪਈ ਤੇ ਵਜ਼ੀਰ ਸਾਹਿਬ ਦੇ ਰਿਸ਼ਤੇ ਦੇ ਵਿੱਚ ਕੋਈ ਬੀਬੀ ਐਸ ਵੇਲੇ ਵਿਧਾਨ ਸਭਾ ਦੇ ਵਿੱਚ ਰਾਜਸਥਾਨ ਦੀ ਵਿਧਾਨ ਸਭਾ ਦੀ ਮੈਂਬਰ ਹੈ ਕਿ ਕੋਈ ਵਜ਼ੀਰ ਸਾਹਿਬ ਤਾਂ ਮੇਰੇ ਖਿਆਲ ਕੈਦਪੂਕਤ ਰਹੀ ਜੀ 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 ਇਮੇਜ 'ਚ ਮੇ ਇੱਕ ਬੜਾ ਵੱਡਾ ਨਾਂ ਹੋ ਰਿਹਾ ਹੈ ਭਾਰਤ ਦੀ ਰਾਜਨੀਤੀ ਦੇ ਵਿੱਚ ਐਨ ਡੀ ਤਿਵਾੜੀ ਜੀ ਜਿਹੜੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਜਿਹੜੇ ਆਂਧਰਾ ਪ੍ਰਦੇਸ਼ ਦੇ ਗਵਰ ਜਿਹੜੇ ਉੱਤਰਾਖੰਡ ਦੇ ਵੀ ਮੁੱਖ ਮੰਤਰੀ ਰਹੇ ਐ ਤੇ ਐਂਡੀ ਤਿਵਾੜੀ ਬਾਰੇ ਤਾਂ ਇਹ ਸੀ ਕਿ ਇੱਕ ਮੁੰਡੇ ਨੂੰ ਜੱਦੋਜਿਦ ਕਰਨੀ ਪਈ ਸੀ ਹਾਂ ਹਾਂ ਬੜਾ ਲੰਬਾ ਸਮਾਂ ਅਦਾਲਤਾਂ ਦੇ ਚੱਕਰ ਕੱਟਣ ਪਏ ਸੀ ਕਿ ਮੇਰਾ ਬਾਪੂ ਜਿਹੜਾ ਹੈਗਾ ਉਹ ਐਂਡੀ ਤਿਵਾੜੀ ਹੈ ਹੂੰ ਹੂੰ ਉਹਦੀ ਮਾਂ ਦੀ ਮੈਰਿਜ ਕਿਸੇ ਨਾਲ ਹੋਰ ਹੋਈ ਸੀ ਹੂੰ ਹੂੰ ਉਹ ਕਹਿੰਦੇ ਮੇਰਾ ਬਾਇਓਲੋਜੀਕਲ ਜਿਹੜਾ ਹੈਗਾ ਬਾਪ ਉਹ ਏ ਹੂੰ ਔਰ ਇਹਦੇ ਬਾਅਦ ਸੇ ਫਿਰ ਕਿੰਨੇ ਡੀਐਨਏ ਟੈਸਟ ਟੂ ਸਟੋਨ ਤੋਂ ਬਾਅਦ ਅਖੀਰ ਜਦੋਂ ਹੋਇਆ ਤੇ ਐਂਡੀ ਤਿਵਾੜੀ ਨੂੰ ਮੰਨਣਾ ਪੈ ਗਿਆ ਤੇ ਉਹ ਮੁੰਡੇ ਨੂੰ ਆਪਣੇ ਘਰ ਫੇਰੇ ਨੇ ਰੱਖ ਲਈ ਆਪਣੇ ਉਹ ਜਿਹੜੀ ਲੜਕੀ ਸੀ ਉਹਦਾ ਬਾਅਦ ਤੋਂ ਮੁੰਡੇ ਦੀ ਵੀ ਡੈਥ ਹੋ ਗਈ ਸੀ ਉਹ ਮੁੰਡੇ ਦੀ ਵੀ ਡੈਥ ਹੋ ਗਈ ਸੀਗੀ ਉਹਨੂੰ ਅਡਾਪਟ ਕਰ ਲਿਆ ਸੀਗਾ ਉਹ ਜਨਾਨੀ ਨੂੰ ਵੀ ਅਡਾਪਟ ਕਰ ਲਿਆ ਸੀ ਕਿ ਹਾਂ ਇਹ ਮੇਰੀ ਪਤਨੀ ਹੈ ਤੇ ਉਹੀ ਐਂਡੀ ਤਿਵਾੜੀ ਸਾਹਿਬ ਜਦੋਂ ਰਾਜਪਵਨ ਚ ਹੁੰਦੇ ਸੀ ਹੂੰ ਕਿਸੇ ਰਾਜ ਦੇ ਗਵਰਨਰ ਸੀ ਤੇ ਉਹ ਤਸਵੀਰਾਂ ਵਾਇਰਲ ਹੋ ਗਈਆਂ ਸੀ ਹੂੰ ਐਵੇਂ ਜਿਵੇਂ ਆਪਾਂ ਸਾਧਾਂ ਦੀ ਗੱਲ ਕਰਨੋ ਬਾਬਿਆਂ ਦੀ ਜੀ ਕਿੰਨੇ ਬਾਬੇ ਹੂੰ ਜਿਹੜੇ ਬਾਬੇ ਇਹਨਾਂ ਚੱਕਰਾਂ ਦੇ ਵਿੱਚ ਪਏ ਐ ਸੋ ਜਿਹੜੀ ਲਾਲਸਾ ਹੈ ਜਿਹੜਾ ਲਾਲਚ ਹੈ ਜਿਹੜਾ ਬੱਤੂ ਆਪਾਂ ਪੈਸਾ ਕਮਾਉਣੇ ਇਹ ਕਈ ਵਾਰੀ ਬੰਦੇ ਨੂੰ ਡੀਰੀਲ ਕਰ ਦਿੰਦਾ ਜੀ ਸੋ ਇਹਦੇ ਚ ਇਹ ਜਿਹੜੇ ਹੈਗੇ ਰਠੌਰ ਸਾਹਿਬ ਵੀ ਡੀਰੀਲ ਹੋ ਗਏ ਹੂੰ ਹੂੰ ਔਰ ਉਹ ਕਿਸ ਨਾ ਕਿਸੇ ਤਰੀਕੇ ਨਾਲ ਜਿਹੜਾ ਨਾਂ ਬੋਲਦਾ ਹੈ ਨਾ ਇਹ ਤਾਂ ਕੋਈ ਪੈਸੇ ਪਿੱਛੇ ਲੜਾਈ ਹੋਣੀ ਇਹੋ ਜੀ ਗੱਲ ਹੀ ਹੋਈ ਹੋਣੀ ਜਿਹਦੇ ਵਿੱਚ ਕੁੜੀ ਨੂੰ ਖੁਦਕਿਸ਼ੀ ਕਰਨੀ ਪੈਗੀ ਤੇ ਹੁਣ ਆਪਾਂ ਖਬਰਾਂ ਡਿਸਕਸ ਕਰ ਰਹੇ ਆ ਇੱਕ ਘਟਨਾ ਮਹਾਰਾਸ਼ਟਰ ਦੀ ਹੈ ਤੇ ਆਪਾਂ ਪੰਜਾਬ ਦੇ ਵਿੱਚ ਬੈਠ ਕੇ ਗੱਲ ਕਰ ਰਹੇ ਆ ਸਾਰੀ ਦੁਨੀਆ ਨਾਲ ਗੱਲ ਕਰ ਰਹੇ ਜੀ ਤੇ ਟਲੋ ਸਭ ਆਪਣੇ ਮੰਤਰੀ ਹੈਗੇ ਨੇ ਸਹਿਕਾਰਤਾ ਦੇ ਸੁਖੀ ਰੰਦਾਵਾ ਜੀ ਹਾਂਜੀ ਹੈਰਾਨ ਹੋ ਰਹੇ ਨੇ ਸਿਹਤ ਵਿਭਾਗ ਮੇ ਤੋਂ ਇਹ ਕਿਵੇਂ ਮੰਤਰੀ ਜੇਲਾ ਦੇ ਵੀ ਹੈ ਹੂੰ ਦੋ ਵਿਭਾਗ ਮੇ ਜੀ ਤੇ ਦੋਨੇ ਬੜੇ ਅਹਿਮ ਹੈ ਹੂੰ ਜੇ ਜੇਲਾ ਵਾਲੀ ਗੱਲ ਕਰੀਏ ਤਾਂ ਤੁਸੀਂ ਦੇਖਿਆ ਹੋਣਾ ਕਿ ਸਭ ਤੋਂ ਜ਼ਿਆਦਾ ਰੌਲਾ ਬਿਕਰਮ ਸਿੰਘ ਮਜੀਠੀਆ ਜੀ ਕਿਸੇ ਮੰਤਰੀ ਦੇ ਖਿਲਾਫ ਪਾਉਂਦਾ ਤਾਂ ਪਾਉਂਦਾ ਹੈ ਸੁਖਿੰਦਰ ਰੰਦਾਵੇ ਦੇ ਖਿਲਾਫ ਜੀ ਇਹ ਕਹਿੰਦਾ ਜੀ ਜਗੂ ਭਗਵਾਨਪੁਰੀਏ ਤੋਂ ਮੈਨੂੰ ਜਾਨ ਨੂੰ ਖਤਰਾ ਤੇ ਇਹ ਉਹਨੂੰ ਪ੍ਰੋਜੈਕਸ਼ਨ ਦਿਰੇ ਹੈ ਸਹਿਕਾਰਤਾ ਦੇ ਵਿੱਚ ਤਾਂ ਬਹੁਤ ਕੁਝ ਆ ਜਾਂਦਾ ਹੈ ਹਮ ਹਮ ਮਾਰਕ ਫੈਡ ਦਾ ਆਪਣਾ ਇੱਕ ਜਿਹੜਾ ਹੈਗਾ ਅਦਾਰਾ ਜੀ ਉਹ ਵੀ ਸਹਿਕਾਰਤਾ ਹੀ ਹੈ ਹਮ 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 ਤੇ ਮੇਰਾ ਖਿਆਲ ਹੈ ਜੇ ਦੇਖੀਏ ਮੰਡੀ ਬੋਰਡ ਖੇਤੀਬਾੜੀ ਚ ਆ ਗਿਆ ਮਾਰਕ ਫੈਡ ਮਾਰਕ ਫੈਡ ਦੇ ਸਹਿਕਾਰਤਾ ਚ ਆਉਂਦਾ ਹੈ ਜੀ ਮਿਲਕ ਫੈਡ ਵਗੈਰਾ ਕਿੰਨੇ ਇਹਨਾਂ ਦੇ ਥੱਲੇ ਹੋਰ ਆ ਗਏ ਹੋਇਆ ਕੀ ਹਮ ਹਮ ਕਿ ਅੱਜ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਜੀ ਸ਼ੁਰੂ ਹੋਇਆ ਸੈਸ਼ਨ ਤੋਂ ਪਹਿਲਾਂ ਨਿਜਮ ਬਣਾਤੇ ਸਪੀਕਰ ਸਾਹਿਬ ਨੇ ਕਿ ਹਰ ਐਮ ਐਲ ਏ ਨੂੰ ਹਰ ਕਰਮਚਾਰੀ ਨੂੰ ਹਰ ਜਿਹੜਾ ਉੱਥੇ ਬੰਦਾ ਹੈ ਉਹਨੂੰ ਵਿਧਾਨ ਸਭਾ 'ਚ ਆਉਣ ਤੋਂ ਪਹਿਲਾਂ ਆਪਣਾ ਜਿਹੜਾ ਸਰਟੀਫਿਕੇਟ ਆਪਣਾ ਕੋਰੋਨਾ ਟੈਸਟ ਕਰਾਉਣਾ ਪਊ ਤੇ ਸਿਰਫ ਉਹ ਹੀ ਲੋਕ ਅੰਦਰ ਆ ਸਕਦੇ ਜਿਨ੍ਹਾਂ ਦਾ ਰਿਜ਼ਲਟ ਨੈਗੇਟਿਵ ਆ। ਇਹਦੇ ਲਈ ਪੰਜਾਬ ਦੇ ਹੈਲਥ ਡਿਪਾਰਟਮੈਂਟ ਨੇ ਜੀ ਕੈਂਪ ਲਾ ਲਿਆ। ਜੀ ਐਮਐਲਏ ਹੌਸਟਲ 'ਚ ਲਿਆਉਂਦੇ ਦੋ ਸਾਨੂੰ ਸੈਂਪਲ ਸਾਰਿਆਂ ਨੇ ਸੈਂਪਲ ਦਿੱਤੇ ਤੇ ਰੰਧਾਵਾ ਸਾਹਿਬ ਨੇ ਵੀ ਸੈਂਪਲ ਦਿੱਤੇ। ਜੀ ਰੰਧਾਵਾ ਸਾਹਿਬ ਨੂੰ ਸ਼ੱਕ ਪਤਾ ਨਹੀਂ ਕੀ ਪੈ ਗਿਆ। ਹੂੰ ਹੂੰ ਕਿ ਮੇਰਾ ਸੈਂਪਲ ਜਿਹੜਾ ਹੈਗਾ ਉਹ ਪੋਜੀਟਿਵ ਆ ਹੂੰ ਹੂੰ ਅਜੇ ਤੱਕ ਸਰਕਾਰੀ ਰਿਜ਼ਲਟ ਆਇਆ ਨਹੀਂ ਸੀ ਜੀ ਤੇ ਰੰਧਾਵਾ ਸਾਹਿਬ ਚੰਡੀਗੜ੍ਹ ਦੀ ਇੱਕ ਪ੍ਰਾਈਵੇਟ ਲੈਬ 'ਚ ਪਹੁੰਚ ਗਏ ਅੱਛਾ ਜੀ ਕਹਿੰਦੇ ਅਰ ਸੈਂਪਲ ਲੈ ਕੇ ਮੇਰਾ ਟੈਸਟ ਤਾਂ ਕਰੋ ਉਹਨਾਂ ਨੇ ਸੈਂਪਲ ਲੈ ਟੈਸਟ ਕਰਕੇ ਉਹਨਾਂ ਨੇ ਕਿਹਾ ਤਾਂ ਜੀ ਤੁਹਾਡਾ ਨੈਗੇਟਿਵ ਹੈ ਤੁਹਾਨੂੰ ਕੋਰੋਨਾ ਨਹੀਂ ਤੇ ਰਹੇ ਨਹੀਂ ਜੀ ਕਹਿੰਦੇ ਠੀਕ ਹੈ ਜੀ ਜਦੋਂ ਰੰਧਾਵਾ ਸਾਹਿਬ ਆ ਗਏ ਤੇ ਉਹਨਾਂ ਨੇ ਰਿਜ਼ਲਟ ਫੜਾਇਆ ਮੇਰੇ ਅੱਗੇ ਆ ਲੋ ਜੀ ਤੁਹਾਡਾ ਰਿਜ਼ਲਟ ਆ ਗਿਆ ਪੋਜੀਟਿਵ ਹੋ ਜੋ ਤੁਸੀਂ ਕੁਆਰੰਟਾਈਨ ਜੀ ਉਹ ਰਾਣੀ ਇਸ ਗੱਲ ਤੇ ਕਿ ਮੈਂ ਪ੍ਰਾਈਵੇਟ ਲੈਬ ਤੋਂ ਕਰਵਾ ਕੇ ਆਇਆ ਤੇ ਇੱਥੇ ਤਾਂ ਨੈਗੇਟਿਵ ਇਧਰ ਪੋਜ਼ਿਟਿਵ ਕਿਵੇਂ ਆ ਗਿਆ ਜੀ ਫਿਰ ਉਹਨੇ ਕਿਹਾ ਵੀ ਦੋਨਾਂ ਦੇ ਵੱਖ-ਵੱਖਰੇ ਆ ਗਏ ਤੇ ਹੁਣ ਆਪਾਂ ਚੱਲੀਏ ਕਿਤੇ ਹੋਰ ਉੱਥੋਂ ਦਿਖਾਈਏ ਤੇ ਚੰਡੀਗੜ੍ਹ ਦੇ ਵਿੱਚ ਸਭ ਤੋਂ ਵੱਡਾ ਮੈਡੀਕਲ ਇੰਸਟੀਚਿਊਟ ਤਾਂ ਫਿਰ ਪੀਜੀਆਈ ਹੈ ਬਿਲਕੁਲ ਉੱਥੇ ਆਪਣੇ ਆਰ ਗਿਆ ਤਾਂ ਕੋਈ ਸ਼ਾਇਦ ਮਤਲਬ ਅਭੀ ਕਈ ਮਹੀਨੇ ਲੱਗਦੇ ਨੇ ਟੈਸਟ ਕਰਾਉਣ ਵਾਸਤੇ ਹੂੰ ਹੂੰ ਮੰਤਰੀ ਤਾਂ ਮੰਤਰੀ ਹੈ ਤੇ ਮੰਤਰੀ ਸਾਹਿਬ ਗਏ ਕਹਿੰਦੇ ਜੀ ਟੈਸਟ ਕੋਲ ਲਿਆਓ ਜੀ ਦਿਓ ਨਮੂਨਾ ਨਮੂਨਾ ਦਿੱਤਾ ਤੇ ਰਿਜ਼ਲਟ ਉਹਨਾਂ ਨੇ ਵੀ ਦਿੱਤਾ ਵੀ ਨੈਗੇਟਿਵ ਹੂੰ ਹੂੰ ਹੁਣ ਪੰਜਾਬ ਦਾ ਜਿਹੜਾ ਸਿਤਮ ਪਾ ਗਏ ਜੀ ਇਹਦਾ ਜਿਹੜਾ ਬਾਬਾ ਆਦਮਾ ਇੰਨਾ ਨਿਰਾਲਾ ਹੈ ਉਹਦੇ ਤੇ ਹੈਰਾਨ ਹੋ ਰਹੀ ਜੇ ਮੰਤਰੀਆਂ ਦੀ ਸਥਿਤੀ ਇਹ ਹੈ ਤਾਂ ਫਿਰ ਤਾਂ ਫਿਰ ਆ ਜਿਹੜੇ ਆਪਣੇ ਕੋਲ ਕਹਿੰਦੇ ਵੀ ਵੈਕਸੀਨ ਲਵਾ ਲਓ 60 ਸਾਲ ਆ ਇਹੋ ਦਾ ਕੀ ਅਸਰ ਮੈਂ ਤਾਂ ਆਪ ਪਹਿਲਾਂ ਮੈਨੂੰ ਅੱਜ ਮੇਰੇ ਇੱਕ ਪਰਿਵਾਰ ਨੇ ਕਿਹਾ ਸਾਰਿਆਂ ਨੇ ਕਹਿੰਦੇ ਵੀ ਤੁਸੀਂ ਆਪਣੀ ਉਮਰ ਦੇ ਲਿਹਾਜ਼ ਨਾਲ ਲਵਾ ਲਓ ਵੈਕਸੀਨ ਜੀ ਲਵਾ ਲਓ ਹੂੰ ਹੂੰ ਮੈਂ ਖਬਰ ਪੜ੍ਹ ਕੇ ਸੁਣੀ ਮੈਂ ਕਿਹਾ ਜੀ ਵਜીર ਦਾ ਹਾਲਤਾ ਹੈ ਵੀ ਸੈਂਪਲ ਉਹਦੇ ਫੇਲ ਹੋ ਗਏ ਤੇ ਸਾਨੂੰ ਇਹ ਵੈਕਸੀਨ ਜੀ ਕਿੰਨੀ ਕਮ ਆਊਗੀ ਵੈਸੇ ਪ੍ਰਧਾਨ ਮੰਤਰੀ ਨੇ ਕਹਿੰਦੇ ਅੱਜ ਲੋਹਾਲੀ ਹੈ ਲੋਹਾਲੀ ਦਾ ਮੋਟਾ ਜਿਹਾ ਕੱਢੀ ਬੈਠੇ ਹਾਂਜੀ 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 ਚਲੋ ਇਹਦਾ ਕਰਕੇ ਉਹਨਾਂ ਨੂੰ ਹੈਰਾਨ ਹੋਣਾ ਪਿਆ ਜੀ ਸੋ ਪ੍ਰੋਗਰਾਮ ਸ਼ਮਤਨਬਾਦ ਉਸ ਤੁਰੇ ਇਸ ਤਰ੍ਹਾਂ ਜਾਰੀ ਰਹੇਗਾ ਜੀ ਫਿਲਹਾਲ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣਗੇ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਹੋਏਗੀ ਸ਼ਿਵ